ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਜੋ ಗ್ರಾಮ ਪੰਚਾਇਤ ਚੋਣਾਂ ਹਨ ਉਹਨਾਂ ਦੇ ਵਿੱਚ ਜੋ ਜੂਰੀ ਫਾਰਮ ਹੁੰਦੇ ਹਨ ਉਹ ਕਿਸ ਤਰ੍ਹਾਂ ਭਰੇ ਜਾਣਗੇ ਤੇ ਲਿਫਾਫੇ ਜੋ ਬਣਾਉਣੇ ਹੁੰਦੇ ਹਨ ਕੋਈ ਖੁੱਲੇ ਤੇ ਕੋਈ ਬੰਦ ਉਹ ਆਪਾਂ ਕਿਸ ਤਰ੍ਹਾਂ ਕਿਹੜੇ ਲਿਫਾਫੇ ਆਪਾਂ ਖੁੱਲੇ ਦੇਣੇ ਹਨ ਕਿਹੜੇ ਆਪਾਂ ਬੰਦ ਦੇਣੇ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਾਰਾ ਕੁਝ ਡਿਸਕਸ ਕਰਾਂਗੇ ਜੀ ਤੇ ਜੇਕਰ ਆਪਣੇ ਕੋਲ ਇੱਕ ਹੀ ਬੂਥ ਹੈ ਪਿੰਡ ਦੇ ਵਿੱਚ ਸਰਪੰਚੀ ਅਤੇ ਪੰਜਾਂ ਸਰਪੰਚ ਦਾ ਜੋ ਫਾਰਮ ਨੰਬਰ 9 ਤੇ ਅੰਕਿਤਾ 9 ਇੱਕ ਵਾਰ ਭਰਿਆ ਜਾਣਾ ਹੈ ਤੇ ਪੰਜ ਦਾ ਤਾਂ ਵਾਰਡ ਵਾਈਜ਼ ਇੱਕ ਇੱਕ ਹੀ ਭਰਿਆ ਜਾਂਦਾ ਹੈ ਜੀ ਤੇ ਇਸੇ ਤਰ੍ਹਾਂ ਜੇਕਰ ਮੰਨ ਲਓ ਕਿ ਇੱਕ ਪਿੰਡ ਦੇ ਵਿੱਚ ਦੋ ਬੂਥ ਹਨ ਤੇ ਦੋਨਾਂ ਬੂਥਾਂ ਦੇ ਵਿੱਚ ਜੋ ਅਲੱਗ-ਅਲੱਗ ਪਹਿਲਾਂ ਫਾਰਮ ਨੰਬਰ 9 ਤੇ ਅੰਕਿਤਾ ਸਰਪੰਚ ਦੀ ਭਰੀ ਜਾਏਗੀ ਜੀ ਉਸ ਤੋਂ ਬਾਅਦ ਦੋਨਾਂ ਫਾਰਮਾਂ ਦੇ ਵਿੱਚ ਉਸ ਨੂੰ ਕੰਪਾਈਲ ਕਰਕੇ ਨਤੀਜਾ ਇੱਕ ਅਲੱਗ ਤੋਂ ਫਾਰਮ ਵੀ ਆਪਾਂ ਨੂੰ ਭਰਨਾ ਪੈਗਾ ਫਾਰਮ ਨੰਬਰ 9 ਅਤੇ ਅੰਕਿਤਾ 9 ਤੇ ਲੇਕਿਨ ਜੋ ਪੰਚ ਹੈ ਉਹ ਪੰਚ ਵਾਈਜ਼ ਆਪਾਂ ਨੂੰ ਵਾਰਡ ਵਾਈਜ਼ ਇੱਕ ਇੱਕ ਹੀ ਜੋ ਫਾਰਮ ਨੰਬਰ 9 ਅਤੇ ਅੰਕਿਤਾ ਭਰੇ ਜਾਣਗੇ ਜੀ ਤੇ ਹੋਰ ਵੀ ਜਿਸ ਤਰ੍ਹਾਂ ਆਪਣੇ ਕੋਈ ਜ਼ਰੂਰੀ ਫਾਰਮ ਹੁੰਦੇ ਹਨ ਪ੍ਰੈਜ਼ਾਈਡਿੰਗ ਅਫੀਸਰ ਡੈਰੀ ਹੈ ਚੈੱਕ ਸਲਿੱਪ ਹੈ ਫਾਰਮ ਨੰਬਰ 6 7 8 ਤੇ ਇਹ ਸਾਰੇ ਹੀ ਜੋ ਫਾਰਮ ਹਨ ਉਹਨਾਂ ਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਇਹ ਫਾਰਮ ਕਿਸ ਤਰ੍ਹਾਂ ਭਰੇ ਜਾਣੇ ਹਨ ਤੇ ਕਿਹੜੇ-ਕਿਹੜੇ ਲਿਫਾਫੇ ਆਪਾਂ ਤਿਆਰ ਕਰਨੇ ਹਨ ਤਾਂ ਕਿ ਲਾਸਟ ਟਾਈਮ ਦੇ ਵਿੱਚ ਜੋ ਫਾਰਮ ਭਰਨ ਦੇ ਵਿੱਚ ਗਲਤੀਆਂ ਹੁੰਦੀਆਂ ਹਨ ਉਹ ਨਾ ਹੋਣ ਜੀ ਤੇ ਆਹ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਫਾਰਮ ਦੇਖਦੇ ਹਾਂ ਕਿ ਉਹ ਫਾਰਮ ਕਿਸ ਤਰ੍ਹਾਂ ਭਰੇ ਜਾਣੇ ਹਨ ਜੇਕਰ ਇੱਕ ਵਾਰਡ ਇੱਕ ਬੂਥ ਹੈ ਪਿੰਡ ਵਿੱਚ ਤਾਂ ਉਸ ਦੇ ਲਈ ਕਿਸ ਤਰ੍ਹਾਂ ਭਰਨਾ ਹੈ ਤੇ ਜੇਕਰ ਆਪਣੇ ਕੋਲ ਦੋ ਬੂਥ ਹਨ ਤਾਂ ਉਹਨਾਂ ਲਈ ਕਿਸ ਤਰ੍ਹਾਂ ਫਾਰਮ ਭਰੇ ਜਾਣੇ ਹਨ ਜੀ ਤੇ ਸਾਥੀਓ ਆਪਾਂ ਪਹਿਲਾਂ ਦੇਖਦੇ ਹਾਂ ਕਿ ਜੇਕਰ ਮੰਨ ਲਓ ਕਿ ਪਿੰਡ ਦੇ ਵਿੱਚ ਆਪਣੇ ਕੋਲ ਸਿਰਫ ਇੱਕ ਹੀ ਬੂਥ ਹੈ ਤੇ ਇੱਕ ਬੂਥ ਜਿਸ ਤਰ੍ਹਾਂ ਇਸ ਦਾ ਉਦਾਹਰਣ ਲਈ ਹੋਈ ਹੈ ਇੱਥੇ ਬੂਥ ਨੰਬਰ ਆਪਣੇ ਕੋਲ 21 ਹੈ ਤੇ ਇੱਕ ਬੂਥ ਹੈ ਤੇ ਆਪਣੇ ਕੋਲ ਉਸ ਬੂਥ ਦੇ ਵਿੱਚ ਆਪਣੇ ਕੋਲ ਮੰਨ ਲਓ ਕਿ ਦੋ ਵਾਰਡ ਹਨ ਤੇ ਫਿਰ ਆਪਾਂ ਜੋ ਫਾਰਮ ਹੈ ਕਿਸ ਤਰ੍ਹਾਂ ਭਰਨੇ ਹਨ ਤੇ ਮੰਨ ਲਓ ਕਿ ਬੂਥ ਨੰਬਰ 1 ਵਿੱਚ ਪੁਲਿਸ ਸਟੇਸ਼ਨ ਦੀ ਜੋ ਵੋਟਰ ਸੂਚੀ ਹੈ ਅਨੁਸਾਰ ਕੁੱਲ ਵੋਟਾਂ ਦੀ ਗਿਣਤੀ ਆਪਣੇ ਕੋਲ 900 ਹੈ ਤੇ ਜੋ ਪੋਲ ਹੋਈਆਂ ਵੋਟਾਂ ਦੀ ਗਿਣਤੀ ਹੈ ਉਹ ਆਪਣੇ ਕੋਲ 852 ਹੈ ਹਜੇ ਆਪਾਂ ਸਿਰਫ ਬੂਥ ਨੰਬਰ 21 ਦੀ ਗੱਲ ਕਰਨੀ ਹੈ ਆਪਣੇ ਕੋ ਸਿਰਫ ਪਿੰਡ ਦੇ ਵਿੱਚ ਮੰਨ ਲਓ ਇੱਕ ਹੀ ਬੂਥ ਹੈ ਤੇ ਆਪਣੇ ਕੋ ਦੋ ਵਾਰਡ ਹਨ 1 ਅਤੇ 2 ਤੇ ਆਪਾਂ ਜੋ ਪਹਿਲਾਂ ਜੋ ਬੂਥ 21 ਦੇ ਲਈ ਆਪਾਂ ਕੀ ਕਰਨਾ ਹੈ ਸਰਪੰਚੀ ਦੀ ਚੋਣ ਦੇ ਫਾਰਮ ਭਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਵਾਰਡ ਨੰਬਰ 1 ਅਤੇ ਵਾਰਡ ਨੰਬਰ 2 ਪੰਚੀ ਦੇ ਫਾਰਮ ਦੇਖਾਂਗੇ ਕਿਸ ਤਰ੍ਹਾਂ ਭਰਨੇ ਹਨ ਜੀ ਪਹਿਲਾਂ ਆਪ ਦੇਖੋ ਆਪਣੇ ਕੋ ਪੋਲਿੰਗ ਸਟੇਸ਼ਨ ਜੋ ਆਪਣੇ ਕੋ ਹੈ ਬੂਥ ਨੰਬਰ 1 21 ਉਸ ਦੇ ਵਿੱਚ ਆਪਣੇ ਕੋ आ, कुल वोटां दी गिनती ਆਪਣੇ ਕੋ 900 ਹੈ ਵੋਟਾਂ ਜੋ ਪਈਆਂ ਹਨ ਉਹ 852 ਹੈ ਤੇ ਇਸ ਦੇ ਲਈ ਆਪਾਂ ਅੰਕਿਤਾ 9 ਅਤੇ ਫਾਰਮ ਨੰਬਰ 9 ਤੇ ਅੰਕਿਤਾ ਜੋ 9 ਹੈ ਉਹ ਕਿਸ ਤਰ੍ਹਾਂ ਪਰ ਨਹੀਂ ਹੈ ਦੇਖੋ ਜੀ ਪਹਿਲਾਂ ਦੇਖੋ ਨਤੀਜਾ ਘੋਸ਼ਿਤ ਕਰਨ ਵਾਲੇ ਜੋ ਫਾਰਮ ਹਨ ਆਪਣੇ ਆਪਣੇ ਕੋ ਪਹਿਲਾਂ ਆਪਾਂ ਫਾਰਮ 9 ਦੀ ਗੱਲ ਕਰਦੇ ਹਾਂ ਸਰਪੰਚੀ ਦੀ ਚੋਣ ਹੈ ਉਹ ਬੂਥ ਵਾਈਜ਼ ਨਤੀਜਾ ਪਹਿਲਾਂ ਆਪਣਾ ਜਿਸ ਤਰ੍ਹਾਂ ਆਪਣੇ ਕੋ ਇੱਕ ਹੀ ਬੂਥ ਹੈ 21 ਨੰਬਰ ਬੂਥ ਹੈ ਤੇ ਆਪਾਂ ਕੀ ਕਰਨਾ ਹੈ ਪਹਿਲਾਂ ਫਾਰਮ ਨੰਬਰ 9 ਦੇ ਵਿੱਚ ਦੇਖੋ ਆਪਾਂ ਕੀ ਕਰਨਾ ਹੈ ਪਹਿਲਾਂ ਜੋ ਹੈ ਵੇਰਵਾ ਦੇ ਦੇਣਾ ਹੈ ਕਿਸ ਸਰਪੰਚੀ ਲਈ ਚੋਣ ਲੜੀ ਜਾ ਰਹੀ ਹੈ ਬੂਥ ਨੰਬਰ ਆਪਣੇ ਕੋ ਇਹ ਹੈ ಗ್ರಾಮ ਪੰਚਾਇਤ ਦਾ ਇੱਥੇ ਨਾਮ ਲਿਖ ਦੇਣਾ ਹੈ ਜੋ ਵੀ ಗ್ರಾಮ ਪੰਚਾਇਤ ਪਿੰਡ ਦਾ ਹੋਏਗਾ ਫਿਰ ਇੱਥੇ ਪੋਲਿੰਗ ਸਟੇਸ਼ਨ ਦਾ ਨੰਬਰ ਆ ਜਾਏਗਾ ਤੇ ਪੋਲਿੰਗ ਸਟੇਸ਼ਨ ਦਾ ਨਾਮ ਇੱਥੇ ਆਪਣੇ ਕੋ ਆ ਜਾਏਗਾ ਉਹ ਤੁਹਾਨੂੰ ਜੋ ਵੋਟਰ ਸੂਚੀ ਮਿਲੇਗੀ ਉਸ ਦੇ ਵਿੱਚ ਸਾਰਾ ਕੁਝ ਲਿਖਿਆ ਹੋਏਗਾ ਕਿ ਪੋਲਿੰਗ ਸਟੇਸ਼ਨ ਦਾ ਨਾਮ ਕੀ ਹੈ ਤੇ ਨੰਬਰ ਕੀ ਹੈ ਜੀ ਤੇ ਨਾਲ ਇਹ ਵੀ ਲਿਖਿਆ ਹੁੰਦਾ ਹੈ ਕਿ ਸੱਜਾ ਪਾਸਾ ਹੈ ਜਾਂ ਖੱਬਾ ਪਾਸਾ ਹੈ ਇਹ ਆਪਾਂ ਫਾਰਮ ਨੰਬਰ 9 ਦੀ ਗੱਲ ਕਰ ਰਹੇ ਹਾਂ ਕਿਸ ਬੂਥ ਲਈ ਗੱਲ ਹੋ ਰਹੀ ਹੈ ਬੂਥ ਨੰਬਰ 21 ਮੰਨ ਲਓ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਹੈ ਬੂਥ ਨੰਬਰ 21 ਤੇ ਉਸ ਦੇ ਲਈ ਸਰਪੰਚੀ ਦੀ ਚੋਣ ਹੋ ਰਹੀ ਹੈ ਤੇ ਇਹ ਜੋ ਫਾਰਮ ਨੰਬਰ 9 ਹੈ ਇਹ ਸਰਪੰਚਾਂ ਲਈ ਅਲੱਗ ਭਰਿਆ ਜਾਣਾ ਹੈ ਤੇ ਪੰਚਾਂ ਲਈ ਵੀ ਬੂਥ ਵਾਈਜ਼ ਅਲੱਗ-ਅਲੱਗ ਭਰਿਆ ਜਾਣਾ ਹੈ ਜੀ ਤੇ ਇਹ ਦੇਖੋ ਆਪਣੇ ਕੋਲ ਮੰਨ ਲਓ ਕਿ ਸਰਪੰਚੀ ਦੇ ਜੋ ਉਮੀਦਵਾਰ ਹਨ ਉਹ ਆਪਣੇ ਕੋਲ ਦੋ ਉਮੀਦਵਾਰ ਹਨ ਅਮਰ ਸਿੰਘ ਤੇ ਬੂਟਾ ਸਿੰਘ ਤੇ ਉਸ ਨੂੰ ਪਾਈਆਂ ਗਈਆਂ ਜਾਇਜ਼ ਵੋਟਾਂ ਦੀ ਉਹ ਜੋ ਪਰਚੀ ਦੀ ਗਿਣਤੀ ਕਿੰਨੀ ਹੈ ਅਮਰ ਸਿੰਘ ਨੂੰ ਆਪਣੇ ਕੋ 422 ਵੋਟਾਂ ਪਈਆਂ ਹਨ ਤੇ ਬੂਟਾ ਸਿੰਘ ਨੂੰ 420 ਵੋਟਾਂ ਪਈਆਂ ਹਨ ਤੇ ਜੋ ਰੱਦ ਹੋਈਆਂ ਪਰਚੀਆਂ ਹਨ ਇਸ ਜਗ੍ਹਾ ਦੇਖੋ ਰੱਦ ਕੀਤੀਆਂ ਗਈਆਂ ਵੋਟਾਂ ਜਾਂ ਪਰਚੀਆਂ ਦੀ ਗਿਣਤੀ ਉਹ ਕਿੰਨੀ ਹੈ ਜੀ ਆਪਣੇ ਕੋ 10 ਹੈ ਤੇ ਇਸ ਤੋਂ ਬਾਅਦ ਆਪਣੇ ਕੋ ਜਾਇਜ਼ ਵੋਟਾਂ ਟੋਟਲ ਕਿੰਨੀ ਆਪਣੇ ਕੋ ਪਈਆਂ ਹਨ ਜੀ ਦੇਖੋ 842 ਰੱਦ ਕੀਤੀਆਂ ਵੋਟਾਂ ਆਪਣੇ ਕੋ 10 ਤੇ ਪਾਈਆਂ ਗਈਆਂ ਕੁੱਲ ਵੋਟਾਂ ਆਪਣੇ ਕੋ 800 52 ਤੇ ਇਹ ਆਪਣੇ ਕੋਲ ਦੇਖੋ ਆਪਾਂ ਅੱਗੇ ਵੀ ਦੇਖਦੇ ਹਾਂ ਕਿਸ ਤਰ੍ਹਾਂ ਫਾਰਮ ਨਾ ਉਹਨੂੰ ਪੜਨਾ ਹੈ ਪਹਿਲਾਂ ਦੇਖੋ ਇਹ ਦੇਖੋ ਆਪਾਂ ਉੱਪਰ ਜੋ ਵੇਰਵਾ ਦਿੱਤਾ ਸੀ ਉਸ ਨੂੰ ਇੱਕ ਕਰ ਦੇਖ ਲੈਣੇ ਹਨ ਆਪਾਂ ਵਾਰਡ ਨੰਬਰ 21 ਦੀ ਗੱਲ ਕਰ ਰਹੇ ਹਾਂ ਦੇਖੋ ਕੁੱਲ ਵੋਟਾਂ ਦੀ ਗਿਣਤੀ ਆਪਣੇ ਕੋਲ 900 ਸੀ ਤੇ ਪੋਲ ਹੋਈਆਂ ਵੋਟਾਂ ਦੀ ਗਿਣਤੀ ਹੈ 852 ਜੋ ਕਿ ਆਪਣੇ ਉੱਥੇ ਮੇਲ ਖਾਣੀ ਚਾਹੀਦੀ ਹੈ ਜੀ ਇਹ ਦੇਖੋ ਇੱਥੇ ਆਪਾਂ ਨੂੰ ਮੇਲ ਖਾ ਰਿਹਾ ਹੈ कि आठ सौ बवंजा ये देखो इन्हू जेकर आप जोड़ते हाँ जोड़ के अपने को के ना जाएगा अठ सौ बताली आठ सौ बताली अपने को जायज़ वोटा हो गई दस अपने को रद्द हो गई हैं टोटल अपने को कि आ गई अठ सौ बवंजा तो इस जगह पर मिति आ जाएगी तो इस जगह पर प्रजाइडिंग ऑफिसर दे हस्ताक्षर आ जाएंगे ज रिटर्निंग ऑफिसर क्योंकि प्रजाइडिंग ऑफिसर ही उस समय रिटर्निंग ऑफिसर होएगा मौके पर ਤੇ ਇਹ ਆਪਣੇ ਕੋ ਬੂਥ ਨੰਬਰ 22 ਹੈ ਇਸ ਦਾ ਆਪਾਂ ਗੱਲ ਨਹੀਂ ਕਰ ਰਹੇ ਆਪਾਂ ਕਰ ਰਹੇ ਹਾਂ ਕਿ ਪਿੰਡ ਵਿੱਚ ਜੇਕਰ ਇੱਕ ਹੀ ਬੂਥ ਹੈ ਤੇ ਇਸ ਦਾ ਹੁਣ ਆਪਾਂ ਅੰਕੀਤਾ 9 ਪਰ ਨਹੀਂ ਹੈ ਜੀ ਬੂਥ ਨੰਬਰ 21 ਦੀ ਗੱਲ ਕਰ ਰਹੇ ਆਪਾਂ ਹੁਣ ਆਪਾਂ ਅੰਕੀਤਾ 9 ਪਰ ਨਾ ਹੈ ਪਹਿਲਾਂ ਤਾਂ ਦੇਖੋ ಗ್ರಾಮ ਪੰਚਾਇਤ ਜੋ ਵੀ ਪਿੰਡ ਦਾ ਨਾਮ ਹੈ ਉਸ ਜਗ੍ਹਾ ਲਿਖ ਦੇਣਾ ਹੈ ਤੇ ਕਿਸ ਦੇ ਲਈ ਆਪਣੇ ਕੋ ਹੈ ਜੀ ਇਹ ਸਰਪੰਚ ਲਈ ਹੈ ਸਰਪੰਚ ਤੇ ਤੁਸੀਂ ਟਿਕ ਕਰ ਦੇਣਾ ਹੈ ਜੋਂ ਨਤੀਜਾ ਇਸ ਜਗ੍ਹਾ ਸਰਪੰਚ ਬੂਥ ਨੰਬਰ 21 ਤੇ ਇਸ ਜਗ੍ਹਾ ਆਪਣਾ ਬੂਥ ਦਾ जो भी थोड़ा पिंड का नाम लिख देना है तो इस जगह देखो आप किपंच लड़ रहे हैं दो ही लड़ रहे हैं उन्होंने आप नाम लिख देते हैं जी तो इस जगह देखो अपने को आएगा इस जगह, जगह बेअंत अमर सिंह तो दूसरा आ जाएगा अपने को बूटा सिंह इतने अपने को गलत लिखता है जो ऊपर नाम लिखा उीचे लिखना है तो इतने भी बूटा सिंह आ जाएगा तो इस तरह ये अपने को ਉਸ ਨੂੰ ਪਾਈਆਂ ਜਾਇਜ਼ ਵੋਟਾਂ ਦੀ ਪਰਚੀ ਆਪਾਂ ਲਿਖ ਦੇਣੀ ਹੈ ਅਮਰ ਸਿੰਘ ਨੂੰ 422 ਵੋਟਾਂ ਪਈਆਂ ਹਨ ਬਿਆਨਤ ਸਿੰਘ ਨੂੰ 420 ਵੋਟਾਂ ਪਈਆਂ ਹਨ ਬਿਆਨ ਕਰੋ ਕਿ ਚੁਣਿਆ ਗਿਆ ਹੈ ਜਾਂ ਨਹੀਂ ਹੈ ਤੇ ਇੱਥੇ ਆਪਾਂ ਲਿਖ ਦੇਣਾ ਹੈਗੀ ਚੁਣਿਆ ਗਿਆ ਇਸ ਨੂੰ ਇਸ ਜਗ੍ਹਾ ਲਿਖ ਦੇਣਾ ਹੈ ਆਪਾਂ ਚੁਣਿਆ ਗਿਆ ਕਿਉਂਕਿ ਆਪਾਂ ਇੱਕ ਹੀ ਬੂਟ ਦੀ ਇੱਕ ਹੀ ਬੂਤ ਦੀ ਗੱਲ ਕਰ ਰਹੇ ਹਾਂ ਇਸ ਜਗ੍ਹਾ ਲਿਖ ਦੇਣਾ ਹੈ ਚੁਣਿਆ ਗਿਆ ਇਸ ਦੀ ਜਗ੍ਹਾ ਲਿਖ ਦੇਣਾ ਹੈ ਚੁਣਿਆ ਨਹੀਂ ਗਿਆ ਚੁਣਿਆ ਨਹੀਂ گیا اے جگہ ਤੁਸੀਂ ਇਸ ਤਰ੍ਹਾਂ ਲਿਖ ਦੇਣਾ ਹੈ ਜੀ ਜਿਹੜੀਆਂ ਵੋਟਾਂ ਸਭ ਤੋਂ ਵੱਧ ਹਨ ਉਸ ਤੇ ਚੁਣਿਆ ਲਿਖ ਦੇਣਾ ਹੈ ਜਿੱਥੇ ਵੋਟਾਂ ਘੱਟ ਹਨ ਉੱਥੇ ਚੁਣਿਆ ਨਹੀਂ ਲਿਖਣਾ ਹੈ ਜੀ ਤੇ ਇਸ ਤਰ੍ਹਾਂ ਆਪਣਾ ਜੋ ਸਰਪੰਚੀ ਵਾਲਾ ਜੋ ਫਾਰਮ ਹੈ ਉਹ ਫਿਲ ਹੋ ਜਾਏਗਾ ਜੀ ਇਹ ਦੇਖੋ ਆਪਣੇ ਕੋ ਪਈਆਂ ਵੋਟ ਪਰਚੀਆਂ ਇਹ ਆਪਾਂ ਹੁਣ ਗੱਲ ਕਰ ਰਹੇ ਹਾਂ ਜੋ ਅੰਕੀਤਾ 9 ਹੈ ਇਥੇ ਆਪਾਂ ਪਹਿਲਾਂ ਫਾਰਮ 9 ਫਿਲ ਕੀਤਾ ਸੀ ਹੁਣ ਅੰਕੀਤਾ 9 ਫਾਰਮ ਫਿਲ ਕਰ ਰਹੇ ਹਾਂ ਜੀ ਇਸ ਦੇ ਵਿੱਚ نیچے ਦੇਖੋ ਆਪਣੇ ਕੋਲ ਲਿਖਣਾ ਹੁੰਦਾ ਹੈ ਪਈਆਂ ਬੋਟ ਪਰਚੀਆਂ ਸਰਪੰਚ ਲਈ ਕਿੰਨੀਆਂ ਟੋਟਲ ਵੋਟ ਆਪਣੇ ਕੋਲ ਪਈਆਂ ਹਨ 852 ਪਈਆਂ ਬੋਟ ਪਰਚੀਆਂ ਦੀ કુલ ਗਿਣਤੀ ਇਹ ਹੋ ਗਈ ਜੀ ਆਪਣੇ ਕੋਲ ਇਸਤਰੀ ਵੋਟਰਾਂ ਨੇ ਪਾਈਆਂ ਪਰਚੀਆਂ ਦੀ કુલ ਗਿਣਤੀ ਕਿੰਨੀਆਂ ਇਸਤਰੀਆਂ ਲੇਡੀਜ਼ ਨੇ ਕਿੰਨੀਆਂ ਆਪਣੇ ਕੋਲ ਪਾਈਆਂ ਬੋਰ ਸਰਪੰਚੀ ਲਈ ਤੇ ਉਹ 400 ਮੰਨ ਲਏ ਨੇ ਹਨ ਰਦ ਕੀਤੀਆਂ ਵੋਟਾਂ ਆਪਾਂ ਨੂੰ ਪਤਾ ਹੈ 10 ਹੈ ਆਪਣੇ ਕੋ ਤੇ ਇਸੇ ਤਰ੍ਹਾਂ ਦਰਜ ਕੀਤੀਆਂ ਗਈਆਂ ਵੋਟ ਪਰਚੀਆਂ ਕਿੰਨੀਆਂ ਵੋਟ ਦੇਖੋ ਕਿਹਾ ਜਾਏਗਾ ਜੀ ਵੋਟ ਪਰਚੀਆਂ ਦੀ કુલ ਗਿਣਤੀ ਜਿਵੇਂ ਕਿ ভোটার ਸੂਚੀ ਵਿੱਚ ভোটার ਸੂਚੀ ਵਿੱਚ ਟੋਟਲ ਆਪਣੇ ਕੋ 900 ਵੋਟਾਂ ਹਨ ਇਸਤਰੀਆਂ ਦੀਆਂ કુલ ਵੋਟਾਂ ਦੀ ਪਰਚੀ ਜਿਵੇਂ ਕਿ ভোটার ਸੂਚੀ ਵਿੱਚ ਇਸ ਇਸਤਰੀਆਂ ਦੀਆਂ કુલ ਵੋਟਾਂ ਆਪਣੇ ਕੋ 400 ਦੋ ਹਨ ਤੇ ਇਸਤਰੀਆਂ ਨੇ ਵੋਟਾਂ ਜੋ ਪਾਈਆਂ ਹਨ ਉਹ ਕਿੰਨੀਆਂ ਹਨ 400 ਵੋਟਾਂ ਪਾਈਆਂ ਹਨ ਜੀ ਤੇ 402 ਇਸਤਰੀਆਂ ਵਿੱਚੋਂ 400 ਨੇ ਵੋਟ ਪਾਈ ਹੈ। ਇਸੇ ਤਰ੍ਹਾਂ ਹੁਣ ਅੱਗੇ ਆਪਾਂ ਨੰਬਰ 4 ਤੇ ਉਮੀਦਵਾਰਾਂ ਦੀ ਜਾਣਕਾਰੀ ਹੈ। ਕੁੱਲ ਕਿੰਨੇ ਉਮੀਦਵਾਰ ਹਨ ਆਪਣੇ ਕੋਲ ਦੋ ਹਨ ਸਰਪੰਚੀ ਲਈ। ਜੇਕਰ ਉਹ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੀ ਗਿਣਤੀ ਕਿੰਨੀ ਹੈ? ਕਿਉਂਕਿ ਇਹ ਦੋਨੋਂ ਹੀ ਮੰਨ ਲਓ ਜਨਰਲ ਹਨ ਤੇ ਇਸ ਜਗ੍ਹਾ ਤੁਸੀਂ 0 ਪਾ ਦੇਣਾ ਹੈ। ਜੇਕਰ ਉਹ ਅਨੁਸੂਚਿਤ ਜਾਤੀ ਦਾ ਮੰਨ ਲਓ ਕਿ ਇੱਕ ਅਨੁਸੂਚਿਤ ਜਾਤੀ ਦਾ ਹੈ, ਇੱਕ ਜਨਰਲ ਹੈ ਤੇ ਤੁਸੀਂ ਇੱਥੇ 1 ਪਾ ਦੇਣਾ ਹੈ। ਇਸੇ ਤਰ੍ਹਾਂ ਮਾਲੋ ਦੋਨੋਂ ਸਰਪੰਚਾਂ ਵਿੱਚੋਂ ਇੱਕ ਔਰਤ ਹੈ ਇੱਕ ਮਰਦ ਹੈ ਤਾਂ ਆਪਾਂ ਇਸ ਤੇ ਇਸਤਰੀ ਉਮੀਦਵਾਰ ਅਤੇ ਇਥੇ ਇੱਕ ਪਾ ਦੇਣਾ ਹੈ ਜੀ ਤੇ ਇਸ ਤਰ੍ਹਾਂ ਆਪਾਂ ਉਮੀਦਵਾਰਾਂ ਦੀ ਗਿਣਤੀ ਲਿਖਣੀ ਹੈ ਜੀ ਕਿੰਨੇ ਸਰਪੰਚ ਹਨ ਉਹਨਾਂ ਵਿੱਚੋਂ ਅਨੁਸੂਚੀ ਜਾਤੀ ਦੇ ਉਮੀਦਵਾਰ ਕਿੰਨੇ ਹਨ ਤੇ ਇਸਤਰੀ ਉਮੀਦਵਾਰ ਕਿੰਨੇ ਹਨ ਜੇਕਰ ਆਪਣੇ ਕੋਲ ਦੋਨੋਂ ਹੀ ਮੇਲ ਹਨ ਤਾਂ ਇਸ ਜਗ੍ਹਾ ਤੁਸੀਂ ਕੁਝ ਨਹੀਂ ਫਿਲ ਕਰਨਾ ਨਿਲ ਰਹਿਣ ਦੇਣਾ ਹੈ ਜਾਇਜ਼ ਤੌਰ ਤੇ ਨਾਮਜ਼ਦ ਕੀਤੇ ਉਮੀਦਵਾਰ ਉਹ ਆਪਣੇ ਕੋਲ ਦੋ ਹੀ ਹਨ ਨਾਮਜਤਗੀ ਪੱਤਰ ਵਾਪਸ ਲੈਣ ਤੋਂ ਬਾਅਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਆਪਣੇ ਕੋ ਕਿੰਨੀ ਹੈ ਸਰਪੰਚਾਂ ਦੀ ਦੋ ਹੈ ਜੀ ਤੇ ਕੀ ਜੋ ਚੋਣ ਹੈ ਸਰਬਸੰਮਤੀ ਨਾਲ ਜਾਂ ਮੁਕਾਬਲੇ ਨਾਲ ਹੋ ਰਹੀ ਹੈ ਤੇ ਉਹ ਹੋ ਰਹੀ ਹੈ ਜੀ ਮੁਕਾਬਲੇ ਨਾਲ ਕੀ ਚੋਣ ਲੜ ਰਹੇ ਵਿੱਚ ਕੋਈ ਗੜਬੜੀ ਤਾਂ ਨਹੀਂ ਹੋਈ ਨਹੀਂ ਹੋਈ ਤੁਸੀਂ ਲਿਖ ਦੇਣਾ ਹੈ ਜਿਵੇਂ ਕੋਈ ਗੜਬੜੀ ਨਹੀਂ ਹੈ ਤੇ ਅਮਨ ਵਿੱਚ ਵਿਗਨ ਪੈਨ ਦਾ ਕਾਰਨ ਇੱਥੇ ਤੁਸੀਂ ਨਿਲ ਕਰ ਦੇਣਾ ਹੈ ਪੋਲਿੰਗ ਰੋਕਣ ਕਾਰਨ ਕੋਈ ਵਿਗਨ ਪਿਆ ਹੈ ਜੇ ਪਿਆ ਤਾਂ ਕਿੰਨੇ ਸਮੇਂ ਲਈ ਇੱਥੇ ਵੀ ਤੁਸੀਂ ਨਹੀਂ ਕਰ ਦੇਣਾ ਹੈ ਕਿ ਜੇਕਰ ਕੋਈ ਵੀ ਤੁਹਾਡਾ ਜੋ ਸਮਾਂ ਖਰਾਬ ਨਹੀਂ ਹੋਇਆ ਹੈ ਤੇ ਨੀਚੇ ਮਿੱਤੀ ਅਤੇ ਪ੍ਰੈਜ਼ਾਈਡਿੰਗ ਅਫੀਸਰ ਦੇ ਸਾਈਨ ਹੋ ਜਾਣਗੇ ਜੀ ਤੇ ਇਸ ਨੂੰ ਆਪਣੇ ਕੋ ਹੋ ਗਈ ਜੀ ਜੇਕਰ ਆਪਣੇ ਕੋ ਬੂਥ 1 ਹੈ ਮੰਨ ਲਓ ਕਿ ਇੱਕੋ ਪਿੰਡ ਦੇ ਵਿੱਚ ਦੋ ਬੂਥ ਹਨ ਆਪਣੇ ਕੋ ਤੇ ਉਹ ਆਪਾਂ ਜਾਣਕਾਰੀ ਕਿਸ ਤਰ੍ਹਾਂ ਭਰਨੀ ਹੈ ਜੀ ਪਹਿਲਾਂ ਦੇਖੋ ਆਪਣੇ ਕੋ ਫਾਰਮ ਨੰਬਰ 9 ਭਰਨਾ ਹੈ ਬੂਥ ਨੰਬਰ 21 ਲਈ जिस तरह अपना पहल भरयासी होने सेम उस तरह हजे आप नतीजा नतीजा जो है घोषित नहीं करना है ये फार्म नंबर नौ आप भर दिता है बूथ नंबर इक्की इस तरह मान लो कि हम दूसरा जो मैंबर है जो प्रजाइडिंग ऑफिसर है जो कि बूथ नंबर बई का प्रजाइडिंग ऑफिसर है उसने भी अपना सेम उस तरह ग्राम पंचायत का नाम लिख के उस तरह का अपना पोलिंग स्टेशन का नंबर नाम लिख के इस तरह खब्बा पास या सज्जा पास जो भी है जेकर लिखा है ਪੋਲਿੰਗ ਸਟੇਸ਼ਨ ਤੇ ਖੱਬਾ ਸੱਜਾ ਲਿਖਣਾ ਹੈ ਜੇਕਰ ਨਹੀਂ ਲਿਖਿਆ ਤਾਂ ਨਹੀਂ ਲਿਖਣਾ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣੇ ਕੋਲ ਦੇਖਣਾ ਹੈ ਕਿ ਫਿਰ ਉਹੀ ਕਿਉਂਕਿ ਸਰਪੰਚੀ ਦੇ ਉਮੀਦਵਾਰ ਤੇ ਸੇਮ ਹੀ ਹੋਣਗੇ ਅਮਰ ਸਿੰਘ ਤੇ ਬੂਟਾ ਸਿੰਘ ਚਾਹੇ ਆਪਣੇ ਕੋਲ ਬੂਥ 22 ਹੈ ਚਾਹੇ 21 ਹੈ ਤੇ ਪੰਚੀ ਦੇ ਜੋ ਹੁੰਦੇ ਹਨ ਉਹ ਵਾਰਡ ਵਾਈਜ਼ ਅਲੱਗ-ਅਲੱਗ ਹੋਣਗੇ ਪਰ ਸਰਪੰਚੀ ਲਈ ਪੂਰੇ ਪਿੰਡ ਵਿੱਚ ਸੇਮ ਉਮੀਦਵਾਰ ਹੀ ਹੋਣਗੇ ਇਸੇ ਤਰ੍ਹਾਂ ਹੁਣ ਆਪਾਂ ਬੂਥ 22 ਦੀ ਗੱਲ ਕਰ ਰਹੇ ਹਾਂ ਅਮਰ ਸਿੰਘ ਨੂੰ ਬੂਥ 22 ਵਿੱਚ ਇੰਨੀਆਂ ਤੇ ਬੂਟਾ ਸਿੰਘ ਨੂੰ ਇੰਨੀਆਂ ਵੋਟਾਂ ਪਈਆਂ ਹਨ ਟੋਟਲ ਪਈਆਂ ਹਨ 790 ਤੇ ਇੰਨੀਆਂ ਵੋਟਾਂ ਆਪਣੇ ਕੋ ਰੱਦ ਹੋ ਗਈਆਂ ਹਨ ਜੇਕਰ ਰੱਦ ਨੂੰ ਵੀ ਇਸ ਦੇ ਵਿੱਚ ਜੋੜ ਦਿੱਤਾ ਜਾਵੇ ਤੇ ਟੋਟਲ ਆਪਣੇ ਕੋ 805 ਵੋਟਾਂ ਜੋ ਹਨ ਉਹ ਬੂਥ 22 ਤੇ ਪਈਆਂ ਹਨ ਜੀ ਦੇਖੋ 805 ਬੂਥਾਂ ਪੂਰੀਆਂ ਪਈਆਂ ਹਨ ਤੇ ਇਸ ਦਾਗਾ ਪ੍ਰੈਜ਼ਾਈਡਿੰਗ ਅਫੀਸਰ ਦੇ ਸਾਈਨ ਇਸ ਜਗ੍ਹਾ ਲੱਗ ਜਾਏਗਾ ਜੀ ਆਪਣੇ ਕੋ ਡੇਟ ਤੇ ਇਹ ਹੋ ਗਿਆ ਆਪਣੇ ਕੋ ਫਾਰਮ ਨੰਬਰ 9 ਇਸੇ ਤਰ੍ਹਾਂ ਫਾਰਮ ਨੰਬਰ ਜੋ ਅ ਅੰਕੀਤਾ 9 ਹੈ ਉਹ ਵੀ ਬੂਥ ਨੰਬਰ 21 ਵਾਲਿਆਂ ਨੇ ਤੇ ਭਰ ਲਿਆ ਹੈ ਤੇ ਬੂਥ ਨੰਬਰ Y ਵਾਲਿਆਂ ਨੇ ਦੇਖੋ ਹੁਣ ਭਰ ਲੈਣਾ ਹੈ ਸੇਮ ਉਸੇ ਤਰ੍ਹਾਂ ਚੋਣ ਨਤੀਜਾ ਕਿਸ ਦੇ ਲਈ ਹੈ ਸਰਪੰਚ ਲਈ ਹੈ ਬੂਥ ਨੰਬਰ 22 ਹੈ ਤੇ ਸੇਮ ਉਸੇ ਤਰ੍ਹਾਂ ਅਮਰ ਸਿੰਘ ਤੇ ਤੇ ਬੂਟਾ ਸਿੰਘ ਆ ਜਾਏਗਾ ਜੀ ਤੇ ਇਸੇ ਤਰ੍ਹਾਂ ਆਪਣੇ ਕੋਲ ਜੋ ਤੁਸੀਂ ਪੜ ਲੈਣਾ ਹੈ ਕਿੰਨੀਆਂ ਬੋਟਾਂ ਕੋਲ ਆਪਣੇ ਕੋ ਪਈਆਂ ਹਨ ਸਰਪੰਚੀ ਲਈ ਇਸਤਰੀਆਂ ਨੇ કુલ ਬੂਟਾ ਕਿੰਨੀਆਂ ਹਨ ਬੂਥ ਇਹ 22 ਦੀ ਗੱਲ ਹੋ ਰਹੀ ਹੈ ਰੱਦ ਕੀਤੀਆਂ ਵੋਟਾਂ ਦੀ ਪਰਚੀ ਇਹ ਹੈ ਵੋਟਾਂ ਦੀ કુલ ਗਿਣਤੀ ਵੋਟਰ ਸੂਚੀ ਅਨੁਸਾਰ ਆਪਣੇ ਕੋ ਇੰਨੀ ਹੈ ਇਸਤਰੀਆਂ ਨੇ કુલ ਵੋਟਾਂ ਪਰਚੀ ਦੀ ਗਿਣਤੀ ਜਿੰਮੇ ਕਿ ਵੋਟਰ ਸੂਚੀ ਵਿੱਚ ਹੈ ਉਹ ਆਪਣੇ ਕੋ ਕਿੰਨਾ ਹੈ ਜੀ 400 ਇਹ ਦੇਖੋ ਇਸਤਰੀ ਵੋਟਰਾਂ ਨੇ ਪਾਈਆਂ ਪਰਚੀਆਂ ਦੀ કુલ ਗਿਣਤੀ 400 ਤੇ ਇਸਤਰੀਆਂ ਨੇ કુલ ਵੋਟ ਪਰਚੀਆਂ ਦੀ ਗਿਣਤੀ ਜਿਵੇਂ ਕਿ ਵੋਟਰ ਸੂਚੀ ਵਿੱਚ ਉਹ ਵੀ 400 ਮਤਲਬ ਸਾਰੀਆਂ ਹੀ ਲੇਡੀਆਂ ਨੇ ਵੋਟ ਪਾਈ ਹੈ ਜੀ ਇਸੇ ਤਰ੍ਹਾਂ ਉਮੀਦਵਾਰ ਇਹ ਤਾਂ ਸੇਮ ਹੀ ਆ ਜਾਏਗਾ ਉਮੀਦਵਾਰ ਸਰਪੰਚ ਕਿੰਨੇ ਖੜੇ ਹਨ ਦੋ ਹਨ ਤੇ ਜੇਕਰ ਉਹ ਅਨੁਸੂਚਿਤ ਜਾਤੀ ਨਾਲ ਕਿੰਨੇ ਉਮੀਦਵਾਰ ਹਨ ਕੋਈ ਵੀ ਨਹੀਂ ਤੇ ਇੱਥੇ ਅਨਿਲ ਕਰ ਦੇਣਾ ਹੈ ਜੇਕਰ ਹਨ ਮੰਨ ਲਓ ਦੋਨੋਂ ਹੀ ਅਨੁਸੂਚਿਤ ਜਾਤੀ ਨਾਲ ਹਨ ਤੇ ਉਹ ਇੱਥੇ ਦੋ ਪਾ ਦੇਣਾ ਹੈ ਦੋਨੋਂ ਹੀ ਇਸਤਰੀਆਂ ਹਨ ਤੇ ਇੱਥੇ ਦੋ ਪਾ ਦੇਣਾ ਹੈ ਜੀ ਤੇ ਅੱਗੇ ਆਪਣੇ ਕੋ ਜਾਇਜ਼ ਤੌਰ ਤੇ ਨਾਮਜ਼ਦ ਕੀਤੇ ਹਨ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਕਿੰਨੇ ਸਰਪੰਚ ਉਥੇ ਚੋਣ ਲੜ ਰਹੇ ਹਨ ਕਿ ਉਹਨਾਂ ਸਹਿਮਤੀ ਹੋਈ ਹੈ ਜਾਂ ਮੁਕਾਬਲਾ ਨਾ ਹੋਇਆ ਹੈ ਤਾਂ ਮੁਕਾਬਲਾ ਲਿਖ ਦੇਣਾ ਹੈ ਕੋਈ ਗਰਬੜੀ ਨਹੀਂ ਹੋਈ ਨਹੀਂ ਤੇ ਨੀਲ ਤੁਸੀਂ ਕਰ ਦੇਣਾ ਹੈ ਜੀ ਤੇ ਇਸ ਤੋਂ ਆਪਣੇ ਕੋ ਹੋ ਗਿਆ ਜੀ ਹੁਣ ਮੰਨ ਲਓ ਕਿ ਦੋ ਬੂਥਾਂ ਦੀ ਗੱਲ ਕੀਤੀ ਹੈ 12 ਪਿੰਡ ਵਿੱਚ ਦੋ ਬੂਥ ਹਨ 1 ਅਤੇ 2 ਤੇ ਹੁਣ ਜੋ ਫਾਰਮ ਨੰਬਰ 9 ਅਤੇ ਅੰਕਿਤ ਹੈ ਉਹ ਉਹਨਾਂ ਦਾ ਕੰਪਾਈਲਿੰਗ ਨਤੀਜਾ ਵੀ ਕਰਕੇ ਬਣਾਉਣਾ ਹੈ ਪਹਿਲਾਂ ਦੋਨੋਂ ਹੀ ਬੂਥਾਂ ਵਿੱਚ ਫਾਰਮ ਨੰਬਰ 9 ਅਤੇ ਜੋ ਅੰਕਕੀਤਾ 9 ਹੈ ਉਹ ਅਲੱਗ-ਅਲੱਗ ਭਰਿਆ ਜਾਏਗਾ ਜੀ ਉਸ ਤੋਂ ਬਾਅਦ ਜੋ ਕੰਪਾਈਲ ਨਤੀਜਾ ਹੈ ਫਾਰਮ ਨੰਬਰ 9 ਦਾ ਉਹ ਵੀ ਭਰਿਆ ਜਾਣਾ ਹੈ ਇਸ ਦੇ ਵਿੱਚ ਦੋਨੋਂ ਹੀ ਬੂਥਾਂ ਬੂਥਾਂ ਦਾ ਜੋ ਇਕੱਠਾ ਡਾਟਾ ਭਰਿਆ ਜਾਣਾ ਹੈ ਕਿ ਇੱਥੇ ਲਿਖਣਾ ਸਰਪੰਚ ਕੰਪਾਈਲ ਨਤੀਜਾ ਜੀ ಗ್ರಾಮ ਪੰਚਾਇਤ ਦਾ ਇੱਥੇ ਨਾਮ ਲਿਖ ਦੇਣਾ ਹੈ ಗ್ರಾಮ ਪੰਚਾਇਤ ਵਿਲੇਜ ਦਾ ਨਾਮ ਲਿਖ ਦੇਣਾ ਹੈ ਬੂਥ ਨੰਬਰ 21 ਅਤੇ 22 ਦਾ ਕੰਪਾਈਲ ਨਤੀਜਾ ਸਰਪੰਚੀ ਲਈ ਤੇ ਇਹ ਦੇਖੋ ਆਪਣੇ ਕੋ ਕਿ ਉਮੀਦਵਾਰ ਦਾ ਨਾਮ ਆ ਗਿਆ ਉਸ ਨੂੰ ਬੂਥ ਵਾਈਜ਼ ਪਈਆਂ ਗਈਆਂ ਜਾਇਜ਼ ਵੋਟਾਂ ਦੀ ਗਿਣਤੀ ਆ ਗਈ ਬੂਥ 22 ਚੋਂ ਕਿੰਨੀਆਂ ਪਈਆਂ ਤੇ ਬੂਥ 23 21 ਚੋਂ ਕਿੰਨੀਆਂ ਉਹਨਾਂ ਨੂੰ ਵੋਟਾਂ ਪਈਆਂ ਹਨ ਕੁੱਲ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਕਿੰਨੀ ਹੈ ਉਹ ਲਿਖ ਦੇਣੀ ਹੈ ਅਮਰ ਸਿੰਘ ਨੂੰ ਬੂਥ 21 ਚੋਂ ਇੰਨੀ ਹੈ ਤੇ 22 ਚੋਂ ਇੰਨੀ ਹੈ ਵੋਟਾਂ ਮਿਲੀਆਂ ਹਨ ਏਟਮੀਨ ਅਮਰ ਸਿੰਘ ਨੂੰ ਕੁੱਲ ਇੰਨੀਆਂ ਵੋਟਾਂ ਮਿਲ ਗਈਆਂ ਹਨ ਬੂਟਾ ਸਿੰਘ ਨੂੰ ਬੂਥ 21 ਚੋਂ ਇੰਨੀਆਂ ਬੂਥ 22 ਚੋਂ ਇੰਨੀਆਂ ਤੇ ਕੁੱਲ ਇੰਨੀਆਂ ਤੇ ਰੱਦ ਹੋਈਆਂ ਵੋਟਾਂ ਦੀ ਗਿਣਤੀ ਦੋਵਾਂ ਵਿੱਚ ਇੰਨੀ ਹੈ ਕੁੱਲ ਗਿਣਤੀ ਆਪਾਂ ਨੂੰ ਇੰਨੀ ਹੈ ਦੋਨੇ ਹੀ ਬੂਥਾਂ ਦੀ ਤੇ ਇਹ ਆਪਾਂ ਇਸੇ ਤਰ੍ਹਾਂ ਜਾਇਜ਼ ਵੋਟਾਂ ਆ ਗਈਆਂ ਆਪਣੇ ਕੋ ਇਹ ਦੇਖੋ ਇਹ ਦੋਨੇ ਇਸ ਦੀਆਂ ਜਾਇਜ਼ ਵੋਟਾਂ ਹਨ ਜੀ ਇਹ ਵਾਲੀਆਂ ਜੋ ਵੋਟਾਂ ਆਪਣੇ ਕੋ ਪਈਆਂ ਹਨ ਇਹਨਾਂ ਨੂੰ ਇਹ ਵਾਲੀਆਂ ਇਹ ਜਾਇਜ਼ ਵੋਟਾਂ ਦੀ ਗਿਣਤੀ ਹੋ ਗਈ ਇਹ ਰੱਦ ਵੋਟਾਂ ਵੋਟਾਂ ਦੀ ਗਿਣਤੀ ਹੋ ਗਈ ਤੇ ਇਹ ਕੁੱਲ ਪਈਆਂ ਵੋਟਾਂ ਦੀ ਗਿਣਤੀ ਆਪਣੇ ਕੋ ਹੋ ਗਈ ਹੈ ਜੀ ਤੇ ਇਸ ਤਰ੍ਹਾਂ ਫਾਰਮ ਨੰਬਰ 9 ਭਰਿਆ ਜਾਣਾ ਹੈ ਹੁਣ ਇਸੇ ਤਰ੍ਹਾਂ ਆਪਾਂ ਜੋ ਸਰਪੰਚੀ ਦਾ ਚੂਨ ਦੇ ਲਈ ਕੰਪਾਈਲ ਨਤੀਜਾ ਵੀ ਕਰਨਾ ਹੈ ਅੰਕਿਤਾ 9 ਦੇ ਵਿੱਚ ਜੇਕਰ ਇੱਕ ਬੂਥ ਹੈ ਤੇ ਇੱਕ ਇੱਕ ਵਾਰ ਭਰੇ ਜਾਣਾ ਹੈ ਲੇਕਿਨ ਜੇਕਰ ਆਪਣੇ ਕੋਲ ਦੋ ਬੂਥ ਹਨ ਤੇ ਫਿਰ ਪਹਿਲਾ ਬੂਥਾਂ ਦੀ ਅਲੱਗ-ਅਲੱਗ ਇਨਫੋਰਮੇਸ਼ਨ ਭਰੀ ਜਾਣੀ ਹੈ ਵੇ ਦੋਨੇ ਹੀ ਬੂਥਾਂ ਦੀ ਇਕੱਠੀ ਵੀ ਇੱਕ ਵਾਰ ਅੰਕਿਤਾ 9 ਭਰੀ ਜਾਣੀ ਹੈ ਜੀ ਇਸੇ ਤਰ੍ਹਾਂ ਸਰਪੰਚ ਦਾ ਕੰਪਾਈਲ ਨਤੀਜਾ ਕਰਨਾ ਹੈ ਜੀ ਆਪਾਂ ਇਹ ਦੇਖੋ ਜੀ ਆਪਾਂ ਨੂੰ ਉਮੀਦਵਾਰ ਦਾ ਆਪਣੇ ਕੋ ਆ ਗਿਆ ਹੈ ਹੁਣ ਲਿਖਣਾ ਹੈ ਉਸ ਦੇ ਵਿੱਚ ਚੁਣਿਆ ਗਿਆ ਹੈ ਜਾਂ ਨਹੀਂ ਚੁਣਿਆ ਗਿਆ ਹੈ ਅਮਰ ਸਿੰਘ ਅਤੇ ਬੂਟਾ ਸਿੰਘ ਨੂੰ ਇੰਨੀਆਂ ਨੇ ਬੋਟਾ ਪਈਆਂ ਹਨ ਜਾਇਜ਼ ਤੇ ਇਸ ਦੇ ਅੱਗੇ ਲਿਖਣਾ ਹੈ ਚੁਣਿਆ ਗਿਆ ਇਸ ਦੇ ਅੱਗੇ ਲਿਖਣਾ ਹੈ ਨਹੀਂ ਚੁਣਿਆ ਗਿਆ ਹੈ ਜੀ ਤੇ ਇਸ ਤਰ੍ਹਾਂ ਆਪਣੇ ਕੋ ਜੋ ਸਰਪੰਚੀ ਵਾਲਾ ਹੈ ਇਸ ਜਗ੍ਹਾ ਤੇ ਪੀਆਰਓ ਤੇ ਇਸ ਜਗ੍ਹਾ ਏਆਰਓ ਦੇ ਆਪਣੇ ਕੋ ਸਾਈਨ ਹੋ ਜਾਣਗੇ ਤੇ ਇਸ ਤਰ੍ਹਾਂ ਆਪਣੇ ਕੋ ਇਹ ਅੱਗੇ ਲਿਖਣਾ ਹੈ ਜੋ ਵੀ ਆਪਾਂ ਕੀਤਾ ਨਾਮ ਦੇ ਵਿੱਚ ਕੁੱਲ ਜੋ ਵੋਟ ਪਈਆਂ ਕਿੰਨੀਆਂ ਵੋਟਾਂ ਪਈਆਂ ਹਨ ਸਰਪੰਚੀ ਲਈ ਦੋਨੋਂ ਹੀ ਬੂਥਾਂ ਦੇ ਦੇਖੋ ਆਪਣੇ ਕੋ ਇਸ ਜਗ੍ਹਾ ਲਿਖਿਆ ਸੀ ਆਪਾਂ ਦੇਖੋ ਫਾਰਮ ਨੰਬਰ 9 ਦੇ ਵਿੱਚ ਕੁੱਲ ਪਈਆਂ ਵੋਟਾਂ ਕਿੰਨੀਆਂ ਹਨ ਇੰਨੀਆਂ ਰੱਦ ਹੋਈਆਂ ਹਨ ਇੰਨੀਆਂ ਜਾਇਜ਼ ਵੋਟਾਂ ਹਨ ਜੀ ਉਹ ਅੰਕ ਕਿਤਾ 9 ਦੇ ਵਿੱਚ ਵੀ ਆਪਾਂ ਭਰਨਾ ਹੁੰਦਾ ਹੈ ਤੇ ਇਹ ਦੇਖੋ ਅੰਕ ਕਿਤਾ 9 ਦੇ ਵਿੱਚ ਵੀ ਆਪਾਂ ਭਰ ਦੇਣਾ ਹੈ نیچے ਜਾ ਕੇ ਕੁੱਲ ਸਰਪੰਚ ਲਈ ਇੰਨਾ ਵੋਟਾਂ ਪਈਆਂ ਹਨ ਇਸਤਰੀ ਵੋਟਾਂ ਦੀ ਗਿਣਤੀ ਆਪਣੇ ਕੋ 800 ਪਈ ਹੈ ਰੱਦ ਹੋਈਆਂ ਵੋਟਾਂ ਆਪਣੇ ਕੋ ਦੋਵਾਂ ਵਿੱਚ 10 ਤੇ ਜੋ 15 ਹੈ 25 ਹੋ ਜਾਣਗੀਆਂ ਜੀ ਤੇ ਇਸ ਤਰ੍ਹਾਂ ਵੋਟ ਪਰਚੀ ਦੀ ਕੁੱਲ ਗਿਣਤੀ ਜਿੰਮੇ ਕਿ ਵੋਟਰ ਸੂਚੀ ਦੇ ਵਿੱਚ ਹੈ ਬੂਥ ਨੰਬਰ 1 ਵਿੱਚ ਇੰਨੀਆਂ ਵੋਟਾਂ ਹਨ 2 ਵਿੱਚ ਇੰਨੀਆਂ ਹਨ ਇਸਤਰੀਆਂ ਕਿੰਨੀਆਂ ਹਨ ਬੂਥ 1 ਵਿੱਚ 21 ਵਿੱਚ 402 ਤੇ ਬੂਥ 22 ਦੇ ਵਿੱਚ 400 ਤੇ ਇਸੇ ਤਰ੍ਹਾਂ ਉਮੀਦਵਾਰ ਦੋਨੋਂ ਸਰਪੰਚ ਹਨ ਤੇ ਅਨੁਸੂਚੀ ਜਾਤੀ ਨਾਲ ਸੰਬੰਧ ਰੱਖਦੇ ਹਨ ਜਾਂ ਨਹੀਂ ਹਨ ਦੋ ਇਸਤਰੀ ਉਮੀਦਵਾਰ ਹਨ ਜਾਂ ਨਹੀਂ ਹਨ ਜਾਇਜ਼ ਤੌਰ ਤੇ ਕਿੰਨੇ ਉਮੀਦਵਾਰ ਖੜੇ ਹਨ ਨਾਮ ਜਿੰਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਉਹ ਲਿਖ ਦੇਣਾ ਹੈ ਜੀ ਮੁਕਾਬਲੇ ਨਾਲ ਹੋ ਰਿਹਾ ਹੈ ਜਾਂ ਸਰਵ ਸੰਮਤੀ ਹੋ ਰਹੀ ਹੈ ਤੇ ਮੁਕਾਬਲੇ ਨਾਲ ਜੇਕਰ ਵੋਟਾਂ ਹੋ ਰਹੀਆਂ ਹਨ ਕੋਈ ਗੜਬੜੀ ਨਹੀਂ ਹੈ ਤੇ ਨਹੀਂ ਲਿਖ ਕੇ ਤੇ ਇਸ ਨੂੰ ਤੁਸੀਂ ਰੱਖ ਲੈਣਾ ਹੈ ਆਪਣੇ ਕੋ ਤੇ ਆ ਹੁਣ ਪੰਚ ਦੀ ਚੋਣ ਦੀ ਗੱਲ ਕਰਦੇ ਹਾਂ ਪੰਚ ਦੀ ਚੋਣ ਦੇ ਨਤੀਜਾ ਵਾਰਡ ਵਾਈਜ਼ ਫਾਰਮ ਨੰਬਰ 9 ਅਤੇ ਅੰਕਕਤਾ ਜੋ ਪੰਚ ਦਾ ਹੈ ਉਹ ਵੀ ਸੇਮ ਜਿਸ ਤਰ੍ਹਾਂ ਸਰਪੰਚ ਦਾ ਭਰਿਆ ਹੈ ਪੰਚ ਦਾ ਵਾਰਡ ਵਾਈਜ਼ ਅਲੱਗ-ਅਲੱਗ ਭਰਿਆ ਜਾਣਾ ਹੈ ਮੰਨ ਲਓ ਕਿ ਆਪਾਂ ਬੂਥ ਨੰਬਰ 21 ਦੀ ਗੱਲ ਕਰ ਰਹੇ ਹਾਂ ਬੂਥ ਨੰਬਰ 21 ਦੇ ਵਿੱਚ ਜੋ ਵਾਰਡ ਨੰਬਰ 1 ਹੈ 1 ਦਾ ਤੁਹਾਨੂੰ ਮੈਂ ਦੱਸ ਰਿਹਾ ਹਾਂ ਬਾਕੀ ਸੇਮ ਉਸੇ ਤਰ੍ਹਾਂ ਭਰੇ ਜਾਣੇ ਹਨ ਬੂਥ ਬੂਥ ਨੰਬਰ 21 ਦੇ ਅਲੱਗ-ਅਲੱਗ ਆਪਣੇ-ਆਪਣੇ ਭਰੇ ਜਾਣੇ ਹਨ ਤੇ ਬੂਥ ਨੰਬਰ 22 ਦੇ ਜੋ ਹਨ ਉਹ ਅਲੱਗ-ਅਲੱਗ ਵਾਰਡ ਨੰਬਰ ਵਾਈਜ਼ ਜੋ ਪੰਚਾਂ ਦੀ ਡਿਟੇਲ ਹੈ ਭਰੀ ਜਾਣੀ ਹੈ ਜੀ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਪੜਿਆ ਹੈ ਮੰਨ ਲਓ ਕਿ 3 ਪੰਜ ਜੋ ਹਨ ਵਾਰਡ 1 ਦੇ ਵਿੱਚ ਖੜੇ ਹਨ ਉਪਕਾਰ ਸਿੰਘ ਅਜਮੀਰ ਸਿੰਘ ਤੇ ਸੁਰਜੀਤ ਸਿੰਘ ਉਸ ਨੂੰ ਇੰਨੀਆਂ ਵੋਟਾਂ ਪੈ ਗਈਆਂ ਹਨ ਅਜਮੀਰ ਸਿੰਘ ਨੂੰ ਇੰਨੀਆਂ ਤੇ ਸੁਰਜੀਤ ਸਿੰਘ ਨੂੰ ਇੰਨੀਆਂ ਹਨ ਇੰਨੀਆਂ ਵੋਟਾਂ ਉਹਨਾਂ ਦੀਆਂ ਕਿਸੇ ਕਾਰਨ ਰੱਦ ਹੋ ਗਈਆਂ ਹਨ ਫਿਰ ਉਸੇ ਤਰ੍ਹਾਂ ਜਾਇਜ਼ ਵੋਟਾਂ ਕਿੰਨੀਆਂ ਪਈਆਂ ਹਨ ਤੇ ਰੱਦ ਕਿੰਨੀਆਂ ਹੋਈਆਂ ਹਨ ਤੇ ਕੁੱਲ ਵੋਟਾਂ ਦੀ ਗਿਣਤੀ ਕਿੰਨੀ ਹੈ ਤੇ ਇਹ ਆਪਣੇ ਕੋ ਬੂਥ ਨੰਬਰ 21 ਦੇ ਜੋ ਪ੍ਰੈਜ਼ਾਈਡਿੰਗ ਆਫੀਸਰ ਐਂਡ ਡੇਟ ਪਾ ਕੇ ਉਸਨੇ ਸਾਈਨ ਕਰ ਦੇਣੇ ਹਨ ਫਿਰ ਉਸ ਤੋਂ ਬਾਅਦ ਅੰਕਿਤਾ ਨਾਮ ਭਰਿਆ ਜਾਣਾ ਹੈ ਜੀ ਉਸੇ ਤਰ੍ਹਾਂ ਵਾਰਡ ਨੰਬਰ 1 ਦੇ ਲਈ ਗ੍ਰਾਮ ਪੰਚਾਇਤ ਦਾ ਨਾਮ ਇਸ ਜਗ੍ਹਾ ਲਿਖ ਕੇ ਤੇ ਹੁਣ ਦੇਖੋ ਉਸੇ ਤਰ੍ਹਾਂ ਅੰਕਿਤਾ ਨਾਮ ਦੇ ਵਿੱਚ ਲਿਖਿਆ ਜਾਣਾ ਹੁੰਦਾ ਹੈ ਕਿ ਉਹ ਚੁਣਿਆ ਗਿਆ ਹੈ ਕਿ ਨਹੀਂ ਚੁਣਿਆ ਗਿਆ ਹੈ ਉਪਕਾਰ ਸਿੰਘ ਨੂੰ ਦੇਖੋ 150 ਵੋਟਾਂ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ ਤੁਸੀਂ ਦੇ ਅੱਗੇ ਲਿਖ ਦੇਣਾ ਹੈ ਚੁਣਿਆ ਗਿਆ ਹੈ ਤੇ ਬਾਕੀਆਂ ਦੇ ਅੱਗੇ ਲਿਖ ਦੇਣਾ ਹੈ ਚੁਣਿਆ ਨਹੀਂ ਗਿਆ ਹੈ ਜੀ ਤੇ ਇਸੇ ਤਰ੍ਹਾਂ ਆਪਣੇ ਕੋਲ ਕੁੱਲ ਵੋਟਾਂ ਦੀ ਗਿਣਤੀ ਕਿੰਨੀ ਹੈ ਉਹ ਜੋ ਵੋਟ ਪਰਚੀਆਂ ਪਈਆਂ ਹਨ 330 ਇਸਤਰੀ ਵੋਟਾਂ ਦੀ ਗਿਣਤੀ ਇੰਨੀ ਹੈ ਰੱਦ ਹੋਈਆਂ ਵੋਟਾਂ ਦੀ ਗਿਣਤੀ ਇੰਨੀ ਹੈ ਵੋਟ ਪਰਚੇ ਦੀ ਕੁੱਲ ਗਿਣਤੀ ਜਿਵੇਂ ਕਿ ਵੋਟਰ ਸੂਚੀ ਦੇ ਵਿੱਚ ਮੰਨ ਲਓ ਕਿ 350 ਵੋਟਾਂ ਸੀ ਉਸ ਦੇ ਵਿੱਚੋਂ ਇਸਤਰੀਆਂ ਦੀ ਵੋਟਾਂ ਦੀ ਗਿਣਤੀ ਸੀਗੀ 130 130 ਦੇ ਵਿੱਚੋਂ 130 ਦੇ ਵਿੱਚੋਂ 120 ਇਸਤਰੀਆਂ ਨੇ ਵੋਟਾਂ ਪਾਈਆਂ ਹਨ 10 ਇਸਤਰੀਆਂ ਨੇ ਵੋਟਾਂ ਨਹੀਂ ਪਾਈਆਂ ਹਨ ਉਮੀਦਵਾਰ ਕਿੰਨੇ ਸਨ ਆਪਣੇ ਕੋਲ ਤਿੰਨ ਜੇਕਰ ਕੋਈ ਐਸੀ ਉਮੀਦਵਾਰ ਹੈ ਤੇ ਇੱਥੇ ਲਿਖ ਦੇਣਾ ਹੈ ਕਿ ਕਿੰਨੇ ਹੈ 1 2 ਜਾਂ 3 ਇਸੇ ਤਰ੍ਹਾਂ ਇਸਤਰੀ ਉਮੀਦਵਾਰ ਹੈ ਤਾਂ ਲਿਖ ਦੇਣਾ ਹੈ ਕਿ 1 2 ਜਾਂ 3 ਕਿੰਨੀਆਂ ਉਹਨਾਂ ਵਿੱਚੋਂ ਇਸਤਰੀਆਂ ਹਨ ਜੀ ਜਾਇਜ਼ ਤੌਰ ਤੇ ਨਾਮਜ਼ਦ ਕੀਤੇ ਉਮੀਦਵਾਰ 3 ਹਨ ਤਿੰਨਾਂ ਜੋ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਉਮੀਦਵਾਰਾਂ ਦੀ ਗਿਣਤੀ ਉਹ 3 ਹੀ ਹੋਈਗੀ ਆਪਣੇ ਕੋ ਮੁਕਾਬਲੇ ਲਈ ਮੁਕਾਬਲੇ ਨਾਲ ਹੋਈ ਹੈ ਜੀ ਚੋਣ ਆਪਣੇ ਕੋ ਕੋਈ ਗੜਬੜੀ ਨਹੀਂ ਹੋਈ ਹੈ ਤਾਂ ਨਹੀਂ ਲਿਖ ਕੇ ਤੁਸੀਂ ਇਸ ਨੂੰ ਸਬਮਿਟ ਕਰਨਾ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਦੂਸਰੀ ਜ਼ਰੂਰੀ ਫਾਰਮ ਆਪਣੇ ਕੋ ਕਿਹੜੇ-ਕਿਹੜੇ ਹਨ ਜੀ ਇਹ ਦੇਖੋ ਜੀ ਪ੍ਰੈਜ਼ਾਈਡਿੰਗ ਅਫੀਸਰ ਡੈਰੀ ਫਿਲ ਕਰਨੀ ਹੈ ਜੀ ਪਹਿਲਾਂ ਦੇਖੋ ਇਸ ਜਗ੍ਹਾ ਆਪਣਾ ਤੁਹਾਡਾ ਆ ਜਾਏਗਾ ਜ਼ਿਲ੍ਹਾ ಗ್ರಾಮ ਪੰਚਾਇਤ ਲਿਖ ਕੇ ਉਸ ਦਾ ਨਾਮ ਲਿਖ ਦੇਣਾ ਹੈ ਤੇ ਬੂਥ ਨੰਬਰ 21 ਵਾਲੇ ਹੁਣ ਭਰ ਰਹੇ ਹਨ ਤੇ 21 ਵਾਲਿਆਂ ਨੇ ਆਪਣੀ ਡਿਟੇਲ ਭਰਨੀ ਹੈ ਪੋਲਿੰਗ ਖੇਤਰ ਵੋਟਾਂ ਦੀ ਗਿਣਤੀ ਆਪਣੇ ਕੋ ਕਿੰਨੀ ਹੈ ਇਸ ਦੇ ਵਿੱਚ ਜੋ ਤੁਹਾਨੂੰ ਵੈਲਿਡ ਪੇਪਰ ਹਾਸਲ ਹੋਏ ਹਨ ਹਾਸਲ ਕੀਤੀਆਂ ਵੋਟ ਪਰਚੀਆਂ ਸਰਪੰਚ ਲਈ ਆਪਣੇ ਕੋ ਜੋ ਆਈਆਂ ਹਨ ਇਹ ਤੇ ਕਿੰਨੇ ਤੁਹਾਨੂੰ ਸਰਪੰਚੀ ਲਈ ਜੋ ਬੈਲਟ ਪੇਪਰ ਅਲੋਟ ਹੋਏ ਹਨ ਉਹ ਤੁਸੀਂ ਇੱਥੇ ਪਹਿਲਾਂ ਸਰਪੰਚੀ ਲਈ 1 ਤੋਂ ਲੈ ਕੇ 900 ਤੱਕ ਆਪਾਂ ਨੂੰ ਅਲੋਟ ਹੋਈਆਂ ਸਨ ਪਰਚੀਆਂ ਤੇ ਆਪਣੇ ਕੋ ਆਪਾਂ ਨੂੰ ਪਤਾ ਹੈ ਕਿ 21 ਨੰਬਰ ਬੂਥ ਦੇ ਵਿੱਚ ਦੋ 21 ਨੰਬਰ ਬੂਥ ਦੇ ਵਿੱਚ ਦੋ ਆਪਣੇ ਕੋ ਵਾਰਡ ਹਨ ਵਾਰਡ ਨੰਬਰ 1 ਅਤੇ 2 ਤੇ ਜੋ ਵਾਰਡ ਨੰਬਰ 1 ਦੇ ਲਈ ਉਹ ਤੁਹਾਨੂੰ ਅਲੱਗ ਪਰਚੀਆਂ ਮਿਲਣਗੀਆਂ ਤੇ ਵਾਰਡ ਨੰਬਰ 2 ਦੇ ਲਈ ਅਲੱਗ ਪਰਚੀਆਂ ਮਿਲਣਗੀਆਂ ਉਹਨਾਂ ਦੀ ਤੁਸੀਂ ਇੱਥੇ ਕ੍ਰਮ ਲਿਖ ਦੇਣਾ ਹੈ ਕਿੰਨੇ ਤੋਂ ਲੈ ਕੇ ਕਿੰਨੇ ਕ੍ਰਮ ਤੱਕ ਤੁਹਾਨੂੰ ਮਿਲੀਆਂ ਹਨ ਇਸੇ ਤਰ੍ਹਾਂ ਜਦੋਂ ਵੋਟਾਂ ਤੋਂ ਬਾਅਦ ਜਾਰੀ ਕੀਤੀਆਂ ਵੋਟ ਪਰਚੀਆਂ ਕਿੰਨੀਆਂ ਹਨ ਇਹ ਇਨਫੋਰਮੇਸ਼ਨਸ ਨੂੰ ਤੁਸੀਂ ਸਾਥਿਓ ਪਹਿਲਾਂ ਹੀ ਭਰ ਲੈਣੀ ਹੈ ਕਿ ਜਦੋਂ ਤੁਹਾਨੂੰ ਵੋਟਰ ਪੱਛੇ ਰਾਤ ਨੂੰ ਹੀ ਕੁਝ ਇਨਫੋਰਮੇਸ਼ਨ ਹੁੰਦੀਆਂ ਕਿ ਜੋਕਰ ਆਪਾਂ ਰਾਤ ਨੂੰ ਹੀ ਬੈ ਕੇ ਫਾਰਮ ਭਰ ਲਈਏ ਤੇ ਉਹ ਜ਼ਿਆਦਾ ਵਧੀਆ ਹੈ ਕਿਉਂਕਿ ਅਗਲੇ ਦਿਨ ਕਾਫੀ ਹੌਚ-ਪੌਚ ਹੁੰਦਾ ਹੈ ਇਸ ਲਈ ਜਾਂ ਤੋਂ ਜ਼ਿਆਦਾ ਕੰਮ ਆਪਾਂ ਕਰਨਾ ਹੈ ਕਿ ਰਾਤੀ ਬੈਠ ਕੇ ਸਾਰੇ ਹੀ ਜੋ ਫਾਰਮ ਹਨ ਉਹ ਪਹਿਲਾਂ ਹੀ ਫਿਲ ਕਰ ਲੈਣੇ ਹਨ ਜੀ ਇਸ ਤਰ੍ਹਾਂ ਜਾਰੀ ਕੀਤੀਆਂ ਵੋਟਰ ਪਰਚੀਆਂ ਜਿਹੜੀਆਂ ਕਿ ਤੁਸੀਂ ਵੋਟਰਾਂ ਨੂੰ ਜਾਰੀ ਕੀਤੀਆਂ ਹਨ ਸਰਪੰਚੀ ਲਈ ਅਲੱਗ ਤੇ ਇਸ ਤਰ੍ਹਾਂ ਵਾਰਡ ਨੰਬਰ 1 ਲਈ ਤੇ ਵਾਰਡ ਨੰਬਰ 2 ਲਈ ਇਹ 101 ਤੋਂ ਲੈ ਕੇ 500 ਤੱਕ ਜਾਰੀ ਹੋਈਆਂ ਸਨ ਜੋ ਵਾਰਡ ਨੰਬਰ 2 ਲਈ ਪਰ 1 ਤੋਂ ਲੈ ਕੇ 230 ਤੱਕ ਯੂਜ਼ ਹੋਈਆਂ ਹਨ ਤੇ ਬਾਕੀ ਆਪਣੇ ਕੋ ਅਨਯੂਜ਼ ਆਪਣੇ ਕੋ ਪਈਆਂ ਹੋਈਆਂ ਹਨ ਜੀ ਤੇ ਇਸੇ ਤਰ੍ਹਾਂ ਅੱਗੇ ਦੇਖੋ ਹਾਸਲ ਕੀਤੀਆਂ ਜੋ ਟੈਂਡਰ ਵੈਲਿਡ ਪੇਪਰ ਹਨ ਇਸ ਦੇ ਵਿੱਚ ਕ੍ਰਮ ਨੰਬਰ ਲਿਖਣ ਦੀ ਜਗ੍ਹਾ ਤੁਸੀਂ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਆਪਾਂ ਨੂੰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤੇ ਅਲੱਗ ਤੋਂ ਟੈਂਡਰ ਵੈਲਡ ਪੇਪਰ ਜੋ ਮਿਲਦੇ ਹਨ ਬਟ ਇਸ ਦੇ ਵਿੱਚ ਸਰਪੰਚੀ ਦੇ ਵਿੱਚ ਆਪਣੇ ਕੋ ਥੋੜੇ ਉਹਨਾਂ ਨੇ ਪਹਿਲਾਂ ਹੀ ਜ਼ਿਆਦਾ ਛਪਵਾਏ ਹੁੰਦੇ ਹਨ ਜਿਸ ਤਰ੍ਹਾਂ ਮੰਨ ਲਓ ਕਿ ਜੇ 900 ਆਪਣੇ ਕੋ ਵੋਟ ਹੈ ਤੇ ਉਹਨਾਂ ਨੇ 10% ਜਾਂ 20% 1000 ਦੇ ਨੀਅਰ ਬਾਊਟ ਪਹਿਲਾਂ ਹੀ ਜੋ ਵੈਲਡ ਪੇਪਰ ਛਪਵਾਏ ਹੁੰਦੇ ਹਨ ਤੇ ਇਸ ਦੇ ਵਿੱਚ ਤੁਸੀਂ ਲਿਖਣਾ ਹੈ ਫਿਰ ਆਖਰੀ ਲੜੀ ਨੰਬਰ ਵਾਲੇ ਬੈਲਟ ਪੇਪਰ ਇਸੇ ਤਰ੍ਹਾਂ ਵਾਰਡ ਨੰਬਰ ਵਿੱਚ ਵੀ ਆਖਰੀ ਜੇ ਵੀ ਆਪਣੇ ਕੋ ਕੋਈ ਟੈਂਡਰ ਵੋਟ ਪਾਉਣ ਆਉਂਦਾ ਹੈ ਕਿ ਮੰਨ ਲਓ ਕਿ ਕੋਈ ਵੋਟ ਪਾਉਣ ਆਇਆ ਹੈ ਲੇਕਿਨ ਉਸਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ ਤੇ ਉਸ ਨੂੰ ਆਪਾਂ ਜੋ ਆਖਰੀ ਲੜੀ ਵਾਲਾ ਮੰਨ ਲਓ ਆਪਾਂ ਨੂੰ ਇਸ ਜਗ੍ਹਾ ਬੂਥ ਨੰਬਰ ਆਪਣੇ ਕੋ 21 ਦੇ ਵਿੱਚ 900 ਤੱਕ ਵੋਟਾਂ ਸਨ ਆਪਾਂ ਨੂੰ ਇਹ 1000 ਤੱਕ ਵੈਲਟ ਪੇਪਰ ਮਿਲੇ ਹਨ ਤਾਂ ਜੋ 1000ਵਾਂ ਵੈਲਟ ਪੇਪਰ ਹੈ ਉਹ ਆਪਾਂ ਜੋ ਪਹਿਲਾ ਕੈਂਡੀਡੇਟ ਆਏਗਾ ਉਸ ਨੂੰ ਦੇਣਾ ਹੁੰਦਾ ਹੈ ਸਭ ਤੋਂ ਆਖਰੀ ਲੜੀ ਵਾਲੇ ਵੈਲਟ ਪੇਪਰ ਦੇਣੇ ਹੁੰਦੇ ਹਨ ਟੈਂਡਰ ਬੋ ਜੋ ਵੋਟ ਹੈ ਉਹ ਪਾਉਣ ਲਈ ਜੀ ਤੇ ਇਸ ਤਰ੍ਹਾਂ ਜੇਕਰ ਕੋਈ ਵੀ ਟੈਂਡਰ ਬੋਰਡ ਤੁਸੀਂ ਤੁਹਾਡੇ ਜੋ ਬੂਥ ਤੇ ਨਹੀਂ ਪਈ ਹੈ ਤੇ ਤੁਸੀਂ ਇੱਥੇ ਨਿਲ ਇਨਫੋਰਮੇਸ਼ਨ ਲਿਖ ਦੇਣੀ ਹੈ ਜੀ ਇਸੇ ਤਰ੍ਹਾਂ ਵਾਰਡ ਨੰਬਰ ਵਿੱਚ ਵਿੱਚ ਵੀ ਉਹੀ ਲਿਖ ਦੇਣਾ ਹੈ ਵਾਰਡ ਨੰਬਰ 2 ਦੇ ਵਿੱਚ ਵੀ ਉਹੀ ਲਿਖ ਦੇਣਾ ਹੈ ਜੀ ਤੇ ਆ ਅਗਲਾ ਫਾਰਮ ਦੇਖਦੇ ਹਾਂ ਜੀ ਅਗਲਾ ਆਪਣੇ ਕੋ ਹੈ ਜੀ ਅੰਕਿਤਾ 6 ਇਸ ਨੂੰ ਆਪਾਂ ਚੈੱਕ ਸਲਬੀ ਕਹਿ ਦਿੰਦੇ ਹਾਂ ਤੇ ਇਸ ਦੇ ਵਿੱਚ ਦੇਖੋ ਪਹਿਲਾਂ ਆਪਣੇ ਕੋ ਗ੍ਰਾਮ ਸਭਾ ਜੋ ਗ੍ਰਾਮ ਪੰਚਾਇਤ ਦਾ ਨਾਮ ਲਿਖ ਦੇਣਾ ਹੈ ਇੱਥੇ ਹਲਕਾ ਦੀ ਜਗ੍ਹਾ ਤੁਸੀਂ ਇੱਥੇ ਲਿਖ ਦੇਣਾ ਹੈ ਬਲਾਕ ਕਿਉਂਕਿ ਇੱਥੇ ਬਲਾਕ ਵਰਡ ਜੋ ਹੈ ਉਹ ਕਾਫੀ ਯੂਜ਼ ਹੋਣਾ ਹੈ ਕਿਉਂਕਿ ਇਸ ਦੇ ਵਿੱਚ ਗ੍ਰਾਮ ਸਭਾ ਗ੍ਰਾਮ ਪੰਚਾਇਤ ਆ ਗਿਆ ਨਾਲ ਨਾਲ ਤੁਹਾਡਾ ਬਲਾਕ ਆ ਜਾਏਗਾ ਕਿਹੜਾ ਬਲਾਕ ਹੈ ਤੁਹਾਡਾ ਉੱਪਰ ਵੀ ਜਿੱਥੇ ਵੀ ਆਪਾਂ ਗ੍ਰਾਮ ਪੰਚਾਇਤ ਲਿਖਾਂਗੇ ਤੇ ਉੱਥੇ ਨਾਲ ਤੁਸੀਂ ਆਪਣਾ ਆਪਣਾ ਬਲਾਕ ਲਿਖੀ ਜਾਣਾ ਹੈ ਜੀ ਪੋਲਿੰਗ ਸਟੇਸ਼ਨ ਦਾ ਨੰਬਰ ਅਤੇ ਨਾਮ ਆ ਗਿਆ ਹੈ ਜੀ ਫਿਰ ਪੋਲਿੰਗ ਸਟੇਸ਼ਨ ਤੇ ਵਰਤਣ ਲਈ ਦਿੱਤੇ ਗਏ ਵੈਲਟ ਪੇਪਰਾਂ ਦਾ ਕ੍ਰਮ ਸਰਪੰਚ ਲਈ 1 ਤੋਂ 900 ਤੱਕ ਵਾਰਡ ਨੰਬਰ 1 ਲਈ 104 1 ਤੋਂ 400 ਤੱਕ ਤੇ ਵਾਰਡ ਨੰਬਰ 2 ਲਈ 1 ਤੋਂ 500 ਤੱਕ ਵੋਟਾਂ ਨੂੰ ਵੋਟਰਾਂ ਨੂੰ ਜਾਰੀ ਕੀਤੇ ਵੈਲਟ ਪੇਪਰ ਇਹ ਇਨਫੋਰਮੇਸ਼ਨ ਪਹਿਲਾਂ ਭਰ ਲੈਣੀ ਹੈ ਇਹ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਭਰ ਲੈਣੀ ਹੈ ਸਰਪੰਚਾਂ ਨੂੰ 1 ਤੋਂ ਲੈ ਕੇ 852 ਤੱਕ ਵਾਰਡ ਨੰਬਰ 1 ਨੂੰ 12330 ਤੱਕ ਵਾਰਡ ਨੰਬਰ 2 ਨੂੰ 12200 ਤੀ ਤੱਕ ਇਸੇ ਤਰ੍ਹਾਂ ਦਿੱਤੇ ਗਏ ਬੈਲਟ ਬਕਸਿਆਂ ਦੀ ਤੈਦਾਦ ਕਿੰਨੇ ਤੁਹਾਨੂੰ ਬੈਲਟ ਬਕਸੇ ਮਿਲੇ ਹਨ ਉਹ ਮੰਨ ਲਓ ਕਿ ਇੱਕ ਮਿਲੇ ਹੈ ਜਾਂ ਦੋ ਮਿਲੇ ਹੈ ਕਿਉਂਕਿ 750 ਵੋਟਾਂ ਤੇ ਜੇਕਰ 750 ਵੋਟਾਂ ਬੋਲ ਹੁੰਦੀਆਂ ਹਨ ਉਸ ਦੇ ਲਈ ਘੱਟੋ ਘਾਟ ਆਪਾਂ ਨੂੰ ਇੱਕ ਬੈਲਟ ਬਾਕਸ ਚਾਹੀਦਾ ਹੈ ਜੇਕਰ ਉਸ ਤੋਂ ਜ਼ਿਆਦਾ ਵੋਟਾਂ ਦੀ ਗਿਣਤੀ ਆਪਾਂ ਨੂੰ ਉਮੀਦ ਹੈ ਕਿ ਪਾਏਗੀ ਤਾਂ ਆਪਾਂ ਫਿਰ ਦੋ 벨ਟ ਬਕਸੇ ਵੀ ਲੈ ਸਕਦੇ ਹਾਂ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਸਕਦੇ ਹਨ ਤੇ 벨ਟ ਪੇਪਰ ਦੀ ਤਦਾਦ ਜਿਹੜੀ ਕਿ 벨ਟ ਬਕਸਿਆਂ ਵਿੱਚ ਜ਼ਰੂਰੀ ਹੋਣੀ ਚਾਹੀਦੀ ਹੈ ਹੁਣ 벨ਟ ਬਕਸੇ ਦੇ ਵਿੱਚ ਕਿਹੜੇ ਆਪਣੇ ਕੋ ਜੂਰੀ ਹੋਣੀ ਚਾਹੀਦੀ ਹੈ 벨ਟ ਬਕਸਿਆਂ ਦੇ ਵਿੱਚ ਪੇਪਰਾਂ ਦੀ ਤਦਾਦ ਜਿਹੜੇ ਆਪਣੇ ਕੋ ਪੋਲ ਹੋਏ ਹਨ ਇਹ ਦੇਖੋ ਆਪਣੇ ਕੋ ਸਰਪੰਚੀ ਦੇ ਕਿੰਨੇ ਆਪਣੇ ਕੋ ਪੋਲ ਹੋਈਆਂ ਹਨ ਵੋਟਾਂ ਜੀ 1 ਤੋਂ ਲੈ ਕੇ 852 ਤੱਕ ਉਹਦੇ ਵਿੱਚ ਹੋਣੇ ਚਾਹੀਦੀਆਂ ਹਨ ਵਾਰਡ ਨੰਬਰ 1 ਲਈ ਇੰਨੀਆਂ ਹੋਣੀਆਂ ਚਾਹੀਦੀਆਂ ਹਨ ਤੇ ਵਾਰਡ ਨੰਬਰ 2 ਲਈ 230 ਜੋ ਹੈ ਉਹ ਪਰਚੀਆਂ ਆਪਣੇ ਉਸ ਦੇ ਵੈਲਟ ਬਾਕਸ ਦੇ ਵਿੱਚੋਂ ਨਿਕਲਣੀਆਂ ਚਾਹੀਦੀਆਂ ਹਨ ਜੇਕਰ ਕੋਈ ਚੈਲੈਂਜਡ ਵੋਟ ਹੈ ਤਾਂ ਉਹ ਲਿਖ ਦੇਣੀ ਹੈ अदरवाइज ਸੂਨੀ ਰੱਖ ਲੈਣਾ ਹੈ ਚੈਲੈਂਜ ਵੋਟ ਹੁੰਦੀ ਹੈ ਕਿ ਮੰਨ ਲਓ ਕਿ ਕੋਈ ਬੰਦਾ ਬੋਟ ਪਾਉਣ ਆ ਰਿਹਾ ਹੈ ਤੇ ਕੋਈ ਉਸ ਨੂੰ ਪੋਲਿੰਗ ਏਜੰਟ ਏ ਚੈਲੈਂਜ ਕਰ ਦਿੰਦਾ ਹੈ ਕਿ ਇਹ ਜੋ ਬੰਦਾ ਹੈ ਉਹ ਇਸ ਪਿੰਡ ਦਾ ਨਹੀਂ ਹੈ ਇਹ ਨਹੀਂ ਵੋਟ ਪਾ ਸਕਦਾ ਤੇ ਜੇਕਰ ਉਹ ਆਪਣੀ ਆਈਡੈਂਟੀ ਦਿਖਾ ਦਿੰਦਾ ਹੈ ਕਿ ਉਹ ਜਾਇਜ਼ ਵੋਟਰ ਹੈ ਤਾਂ ਉਹ ਵੋਟ ਪਾਏਗਾ ਅਦਰਵਾਈਜ਼ ਇੱਥੇ ਤੁਹਾਡੀ ਨਿਲ ਆ ਜਾਏਗੀ ਨਹੀਂ ਤੇ ਇੱਥੇ ਜੁਨੇ ਵੀ ਚੈਲੰਜ ਵੋਟ ਪਾ ਕੇ ਗਏ ਹਨ ਉਹਨਾਂ ਦੀ ਇਨਫੋਰਮੇਸ਼ਨ ਆ ਜਾਏਗੀ ਕਿ ਚੈਲੰਜ ਵੋਟਾਂ ਸਵੀਕਾਰ ਕੀਤੀਆਂ ਗਈਆਂ ਹਨ ਜਾਂ ਅਸਵੀਕਾਰ ਕੀਤੀਆਂ ਗਈਆਂ ਹਨ ਇਸ ਤਰ੍ਹਾਂ ਟੈਂਡਰ ਵੋਟਾਂ ਤੁਹਾਨੂੰ ਦੱਸਿਆ ਪਹਿਲਾਂ ਕਿ ਬੰਦਾ ਬੋਟ ਪਾਉਣ ਆਇਆ ਤੇ ਪਹਿਲਾਂ ਹੀ ਉਸ ਦੀ ਕੋਈ ਵੋਟ ਪਾ ਕੇ ਜਾ ਚੁੱਕਾ ਹੈ ਤਾਂ ਉਸ ਨੂੰ ਟੈਂਡਰ ਬੈਲਟ ਪੇਪਰ ਜਾਰੀ ਹੁੰਦੇ ਹਨ ਇਸ ਤਰ੍ਹਾਂ ਕਿੰਨੀਆਂ ਪਰਚੀਆਂ ਤੁਹਾਡੇ ਕੋਲ ਖਰਾਬ ਹੋ ਗਈਆਂ ਹਨ ਉਹ ਤੁਸੀਂ ਲਿਖ ਦੇਣੀਆਂ ਹਨ ਤੇ نیچے ਸਾਈਨ ਕਰਕੇ ਤੇ ਡੇਟ ਪਾ ਦੇਣੀ ਹੈ ਜੀ ਇਸੇ ਤਰ੍ਹਾਂ ਆਪਣੇ ਕੋ ਹੈ ਜੀ ਅੰਕਿਤਾ 8 ਅੰਨ્ય ਅਤੇ ਦੁਰਲਭ ਵੋਟਰਾਂ ਦੀ ਸੂਚੀ ਇਸ ਦੇ ਵਿੱਚ ਭਰਨੀ ਹੁੰਦੀ ਹੈ ਜੀ ਤੇ ਜੇਕਰ ਤੁਹਾਡਾ ਇਸ ਦੇ ਵਿੱਚ ਪੂਰੀ ਜਾਣਕਾਰੀ ਭਰਨੀ ਹੁੰਦੀ ਹੈ ਵੋਟਰ ਦਾ ਲੜੀ ਨੰਬਰ ਪੂਰਾ ਨਾਮ ਜਿਹੜਾ ਉਸ ਦੇ ਨਾਲ ਸਾਥੀਆ ਹੈ ਵੋਟ ਪਾਉਣ ਲਈ ਸਾਥੀ ਦਾ ਪਤਾ ਤੇ ਨਾਲ ਹੀ ਵੋਟਰ ਦੇ ਸਾਥੀ ਦੇ ਹਸਤਾਖਰ ਕਰਾਉਣੇ ਹੁੰਦੇ ਹਨ ਜੀ ਤੇ ਜੇਕਰ ਕੋਈ ਨਹੀਂ ਹੈ ਤੇ ਇਸ ਨੂੰ ਆਪਾਂ ਨਿਲ ਕਰਕੇ ਇਸ ਤਰ੍ਹਾਂ ਲਿਫਾਫੇ ਵਿੱਚ ਪਾ ਦੇਣਾ ਹੈ ਫਿਰ ਇਸ ਤਰ੍ਹਾਂ ਜੀ ਫਾਰਮ ਨੰਬਰ 8 ਆਪਣੇ ਕੋ ਜੋ ਕਿ ਚੈਲੰਜ ਕੀਤੀਆਂ ਵੋਟਾਂ ਦੀ ਸੂਚੀ ਹੈ ਜੇਕਰ ਕੋਈ ਨਹੀਂ ਹੈ ਤੇ ਤੁਸੀਂ ਨਿਲ ਪਾ ਦੇਣੀ ਹੈ ਅਦਰਵਾਈਜ਼ ਇਹ ਜੋ ਇਨਫੋਰਮੇਸ਼ਨ ਹੈ ਇਹ نیچے ਤੁਸੀਂ ਕਾਲਮ ਵਾਈਜ਼ ਆਪਣੇ ਕੋ ਪਰ ਲੈਣੀ ਹੈ ਤੇ ਇਸੇ ਤਰ੍ਹਾਂ نیچے ਆਪਣੇ ਕੋ ਹੈ ਜੀ ਫਾਰਮ ਨੰਬਰ 7 ਇਹ ਆਪਣੇ ਕੋ ਜੋ ਫਾਰਮ ਨੰਬਰ 7 ਹੈ ਉਹ ਹੈ ਜੀ ਟੈਂਡਰ ਵੋਟ ਦਾ ਹੁਣੇ ਆਪਾਂ ਗੱਲ ਕੀਤੀ ਹੈ ਜੇਕਰ ਤੁਸੀਂ ਵੋਟ ਪਾਣ ਜਾਂਦੇ ਹੋ ਤੁਹਾਡੀ ਵੋਟ ਪਹਿਲਾਂ ਹੀ ਕੋਈ ਪਾ ਚੁੱਕਾ ਹੈ ਤੇ ਫਿਰ ਤੁਹਾਨੂੰ ਟੈਂਡਰ ਵੈਲਿਡ ਪੇਪਰ ਜਾਰੀ ਕੀਤੇ ਜਾਂਦੇ ਹਨ ਆਖਰੀ ਲੜੀ ਵਾਲੇ ਇਸ ਜਗ੍ਹਾ ਕ੍ਰਮ ਨੰਬਰ ਵੋਟਰ ਦਾ ਨਾਮ ਚੋਣਕਾਰ ਸੂਚੀ ਚੋਣਕਾਰ ਹੁੰਦੀ ਜੋ ਮਾਰਕਡ ਕਾਪੀ ਹੁੰਦੀ ਹੈ ਜੋ ਕਿ ਆਪਾਂ ਨੂੰ ਮਿਲਦੀ ਹੈ ਜੀ ਜਦੋਂ ਆਪਾਂ ਸਮਾਨ ਲੈਣੇ ਹਨ ਉਸ ਦੇ ਵਿੱਚ ਚੋਣਕਾਰ ਸੂਚੀ ਵੀ ਹੁੰਦੀ ਹੈ ਮਾਰਕਡ ਕਾਪੀ ਹੁੰਦੀ ਹੈ ਵੋਟਰ ਲਿਸਟ ਤੇ ਉਸ ਦਾ ਲੜੀ ਨੰਬਰ ਲਿਖ ਦੇਣਾ ਹੈ ਵੋਟਰ ਕਿਸ ਦਾ ਕਿਸ ਜਗ੍ਹਾ ਤੇ ਹੈ ਜੇਕਰ ਪੜਿਆ ਲਿਖਿਆ ਤਾਂ ਅੰਸ਼ ਅੱਖਰ ਕੋਲ ਨੇ ਧਿਆਨ ਪੜ ਹੈ ਤਾਂ ਅੰਗੂਠਾ ਜਾਂ ਕੋਈ ਨਿਸ਼ਾਨ ਅੰਗੂਠੇ ਦਾ ਨਿਸ਼ਾਨ ਲਿਖਵਾ ਲੈਣਾ ਹੈ ਜੀ ਉਸ ਦਾ ਤੇ ਇਸ ਤੋਂ ਬਾਅਦ ਜੀ ਆਪਣੇ ਕੋਈ ਲਿਫਾਫਿਆਂ ਉੱਪਰ ਲਿਖੀ ਜਾਣ ਵਾਲੀ ਸੂਚਨਾ ਦਾ ਨਮੂਨਾ نیچے ਦਿੱਤਾ ਹੋਇਆ ਹੈ ਜਿਸ ਤਰ੍ਹਾਂ ਆਪਣੇ ਕੋ ਪਹਿਲਾ ਹੈ ਪ੍ਰੈਜ਼ਾਈਡਿੰਗ ਆਫੀਸਰ ਦੀ ਡੈਰੀ ਇਹ ਤੁਸੀਂ ਸੇਮ ਉਸੇ ਤਰ੍ਹਾਂ ਪਾਉਣਾ ਹੈ ਪ੍ਰੈਜ਼ਾਈਡਿੰਗ ਆਫੀਸਰ ਡੈਰੀ ਲਈ ਆਪਣੇ ਕੋਈ ਇੱਕ ਲਿਫਾਫਾ ਤਿਆਰ ਹੋਏਗਾ ਫਿਰ ਇੱਕ ਲਿਫਾਫਾ ਤੁਸੀਂ ਚੈੱਕ ਸਲਿੱਪ ਜੋ ਅੰਕ ਕੀਤਾ 6 ਹੈ ਉਸਦੇ ਲਈ ਤਿਆਰ ਕਰਨਾ ਹੈ ਜੀ ਫਿਰ ਆਪਣੇ ਕੋ ਸਰਪੰਚ ਦੀ ਚੋਣ ਲਈ ਗਿਣਤੀ ਕੀਤੇ ਵੈਲਿਡ ਪੇਪਰ ਵੈਲਿਡ ਤੇ ਰੱਦ ਕੀਤੇ ਉਹ ਵੀ ਤੁਸੀਂ ਇੱਕ ਲਿਫਾਫੇ ਵਿੱਚ ਪਾਉਣੇ ਹਨ ਜੀ ਇਸ ਤੋਂ ਬਾਅਦ ਆਪਣੇ ਕੋ ਵਾਰਡ ਨੰਬਰ 1 ਦੇ ਵਿੱਚ ਚੋਣ ਲਈ ਪੰਚ ਦੀ ਚੋਣ ਲਈ ਗਿਣਤੀ ਕੀਤੇ ਵੈਲਿਡ ਪੇਪਰ ਵੈਲਿਡ ਅਤੇ ਰਾਜ ਦੇ ਦੋਨੋਂ ਇਸ ਦੇ ਵਿੱਚ ਪਾ ਦੇਣੇ ਹਨ ਇਸੇ ਤਰ੍ਹਾਂ ਵਾਰਡ ਵਾਈਜ਼ ਤੁਸੀਂ ਵਾਰਡ ਨੰਬਰ 2 ਦੀ ਵੀ ਇਸੇ ਤਰ੍ਹਾਂ ਜੋ ਵੈਲਿਡ ਪੇਪਰ ਹਨ ਉਹਨਾਂ ਦੀ ਗਿਣਤੀ ਕਰਕੇ ਤੇ ਉਸ ਦੇ ਵਿੱਚ ਪਾ ਦੇਣੇ ਹੁੰਦੇ ਹਨ ਜੀ ਇਸੇ ਤਰ੍ਹਾਂ ਵਾਰਡ ਨੰਬਰ 3 ਲਈ ਵੀ ਤੇ ਵਾਰਡ ਨੰਬਰ ਜਿੰਨੇ ਵੀ ਵਾਰਡ ਆਪਣੇ ਕੋ ਹੋਣਗੇ ਉਹ ਪਾ ਦੇਣੇ ਹਨ ਜੀ ਤੇ ਇੱਕ ਲਿਫਾਫਾ ਬਣੇਗਾ ਮਾਰਕਡ ਕੀਤੀ ਵੋਟਰ ਸੂਚੀ ਜਿਸ ਤੇ ਤੁਸੀਂ ਨਿਸ਼ਾਨ ਲਗਾਏ ਹਨ ਕਿ ਇਹ ਵੋਟਰ ਆਇਆ ਸੀ ਵੋਟ ਪਾਉਣ ਲਈ ਇਹ ਨਹੀਂ ਆਇਆ ਸੀ ਉਹ ਮਾਰਕਡ ਕੀਤੀ ਕਾਪੀ ਤੇ ਤੁਸੀਂ ਕੀ ਕਰਨਾ ਹੈ ਕਿ ਉਸ ਤੇ ਵੀ ਆਪਾਂ ਉਸ ਨੂੰ ਵੀ ਇੱਕ ਲਿਹਾਵੇ ਵਿੱਚ ਪਾਉਣਾ ਹੁੰਦਾ ਹੈ ਅਸੀਂ ਉਹ ਦੇ ਦਿਆਂ ਕਿ ਵੋਟਾਂ ਤੋਂ ਬਾਅਦ ਜੋ ਕਿਹੜੀ ਚੋਣ ਸਮਗਰੀ ਹੈ ਉਹ ਆਪਾਂ ਵਾਪਸ ਕਰਨੀ ਹੈ ਜੀ ਇੱਕ ਹੈ ਜੀ ਆਪਣੇ ਕੋ ਬੈਲੇਟ ਬਾਕਸ ਵਾਪਸ ਕਰਨਾ ਹੈ ਫਾਰਮ ਨੰਬਰ 9 ਇੱਕ ਖੁੱਲਾ ਤੇ ਇੱਕ ਸੀਲਡ ਇਸੇ ਤਰ੍ਹਾਂ ਅੰਕਿਤਾ 9 ਵੀ ਇੱਕ ਖੁੱਲਾ ਤੇ ਇੱਕ ਸੀਲਡ ਤੇ ਅੰਕਿਤਾ ਜੋ 6 ਹੈ ਜੋ ਚੈਕਲਿਸਟ ਹੈ ਇੱਕ ਖੁੱਲੀ ਤੇ ਇੱਕ ਸੀਲ ਇਸ ਤਰ੍ਹਾਂ ਪ੍ਰੈਜ਼ਾਈਡਿੰਗ ਡਾਇਰੀ ਵੀ ਇੱਕ ਖੁੱਲੀ ਤੇ ਇੱਕ ਸੀਲ ਤੇ ਜੋ ਫਾਰਮੈਟ ਤੁਹਾਨੂੰ ਮਿਲੇਗਾ ਪੀਐਸ05 ਫਾਰਮ ਜੋ ਮਿਲੇਗਾ ਉਹ ਵੀ ਤੁਸੀਂ ਨਾਲ ਦੇਣਾ ਹੈ ਜੀ ਇਸ ਨੂੰ ਵੀ ਇੱਕ ਖੁੱਲਾ ਕੋਲ ਕੇ ਤੁਸੀਂ ਰੱਖ ਲੈਣਾ ਹੈ ਤੇ ਇੱਕ ਸੀਲ ਵੀ ਕਰ ਲੈਣਾ ਹੈ ਜੀ ਇਸ ਤਰ੍ਹਾਂ ਜੋ ਸੀਲਡ ਪੈਕੇਟ ਹੈ ਸਟੈਚਰੀ ਕਵਰ ਹੈ ਉਹ ਕਿਹੜੇ-ਕਿਹੜੇ ਹੁੰਦੇ ਹਨ ਜੀ ਮਾਰਗਡ ਕਾਪੀ ਦਾ ਇੱਕ ਸੀਲ ਬੰਦ ਲਿਫਾਫਾ ਅਣ ਵਰਤੇ ਜੋ ਵੈਲਟ ਪੇਪਰਾਂ ਦਾ ਇੱਕ ਸੀਲ ਬੰਦ ਲਿਫਾਫਾ ਕਾਊਂਟਰ ਫਾਈਲਾਂ ਦਾ ਇੱਕ ਸੀਲ ਬੰਦ ਲਿਫਾਫਾ ਇਸ ਤਰ੍ਹਾਂ ਵਰਤੇ ਗਏ ਟੈਂਡਰ ਬੈਲਟ ਪੇਪਰ ਅਤੇ ਸੰਬੰਧਿਤ ਲਿ스트 ਦਾ ਸੀਲ ਬੰਦ ਲਿਫਾਫਾ ਵਰਤੇ ਗਏ ਬੈਲਡ ਪੇਪਰਾਂ ਦਾ ਸੀਲ ਬੰਦ ਲਿਫਾਫਾ ਰੱਦ ਕੀਤੇ ਗਏ ਬੈਲਟ ਪੇਪਰਾਂ ਦਾ ਇੱਕ ਸੀਲ ਬੰਦ ਲਿਫਾਫਾ ਫਾਰਮ ਨੰਬਰ 7 ਵੋਟਾਂ ਦਾ ਰਜਿਸਟਰ ਜੋ ਹੈ ਉਹ ਸੀਲ ਬੰਦ ਲਿਫਾਫਾ ਇਸੇ ਤਰ੍ਹਾਂ ਜੋ ਅਨਸੀਲਡ ਹੈ ਨਾਨ ਸਟੈਚਰੀ ਕਵਰੇਜ ਦੇ ਵਿੱਚ ਆਪਣੇ ਕੋ ਆ ਜਾਂਦਾ ਹੈ ਜੀ ਮਾਰਕਡ ਕਾਪੀ ਤੋਂ ਬਿਨਾ ਜੋ ਬਾਕੀ ਵੋਟਰ ਸੂਚੀਆਂ ਦਾ ਲਿਫਾਫਾ ਬਚੀਆਂ ਜਾਂ ਖਰਾਬ ਹੋਈਆਂ ਸੀਲਾਂ ਦਾ ਲਿਫਾਫਾ ਪੋਲਿੰਗ ਏਜਟਾਂ ਦੇ ਨਿਯੁਕਤੀ ਪੱਤਰਾਂ ਦਾ ਲਿਫਾਫਾ ਜਾਂ ਚੈਲੰਜ ਵੋਟਾਂ ਦੀ ਸੂਚੀ ਫਾਰਮ ਨੰਬਰ ਇਹ ਆਪਾਂ ਸੀਲ ਲਿਫਾਫੇ ਵਿੱਚ ਪਾ ਕੇ ਦੇਣਾ ਹੈ ਜੀ ਤੇ ਇਸੇ ਤਰ੍ਹਾਂ ਹੋਰ ਜੋ ਆਪਣੇ ਕੋਲ ਸਮਾਨ ਹੁੰਦਾ ਹੈ ਜੀ ਹੈਂਡਬੁੱਕ ਮਿਲਦੀ ਹੈ ਬਰਾਸ ਸੀਲ ਕਰਾਸ ਮਾਰਕ ਦੀ ਜੋ ਸੀਲ ਹੈ ਸਕਰੀਨ ਮਿਲਦੀ ਹੈ ਰੂਲਰ ਕਿਟ ਬੈਗ ਅਤੇ ਹੋਰ ਜੋ ਕੀਮਤੀ ਸਮਾਨ ਹਨ ਉਹ ਸਾਰੀ ਹੀ ਚੀਜ਼ਾਂ ਆਪਾਂ ਵਾਪਸ ਕਰਨੀਆਂ ਹੁੰਦੀਆਂ ਹਨ ਅੱਗੇ ਹੈ ਜੀ प्रजाइडिंग ऑफिसर गिनती ਅਤੇ ਨਿਰਧਾਰਤ ਕੀਤੇ ਸਹਾਇਕ ਰਿਟਰਨਿੰਗ ਅਫਸਰوں ਵੱਲੋਂ ਜਮ੍ਹਾਂ ਕਰਵਾਏ ਜਾਣ ਵਾਲੇ ਜੋ ਦਸਤਾਵੇਜ਼ ਹਨ ਕੁਝ ਖੁੱਲੇ ਦਸਤਾਵੇਜ਼ ਹਨ ਤੇ ਕੁਝ ਆਪਣੇ ਕੋ ਬੰਧ ਹਨ ਜਿਸ ਤਰ੍ਹਾਂ ਸਰਪੰਚ ਦੀ ਚੋਣ ਲਈ ਕੰਪਾਈਲ ਕੀਤਾ ਫਾਰਮ ਨੰਬਰ 9 ਤੇ ਜੋ ਅੰਕਕਿਤਾ ਨਤੀਜਾ ਹੈ ਇਹ ਆਪਣੇ ਕੋ ਇਹ ਖੁੱਲਾ ਹੈਗਾ ਬੂਥ ਵਾਈ ਸਰਪੰਚ ਦੀ ਚੋਣ ਲਈ ਫਾਰਮ ਨੰਬਰ 9 ਇਹ ਜਿਸ ਤਰ੍ਹਾਂ ਇਹ ਸਰਪੰਚੀ ਲਈ ਆਪਣੇ ਕੋ ਤੇ ਇਹ ਆਪਣੇ ਕੋ ਪੰਜੀ ਲਈ ਹੈ ਜੋ ਕਿ ਫਾਰਮ ਨੰਬਰ 9 ਤੇ ਅੰਕਕਿਤਾ ਆਪਾਂ ਖੁੱਲੇ-ਖੁੱਲੇ ਦੇਣੇ ਹਨ ਸਾਰਿਆਂ ਨੂੰ ਜੇਕਰ ਆਪਣੇ ਕੋਲ 1 ਇੱਕ ਹੀ ਬੂਥ ਹੈ ਤੇ 1 ਇੱਕ ਜੇਕਰ 2 ਬੂਥ ਹਨ ਤੇ ਉਹਨਾਂ ਦਾ ਕੱਲਾ-ਕੱਲਾ ਵੀ ਦੇਣਾ ਹੈ ਤੇ ਜੋ ਕੰਪਾਈਲਡ ਨਤੀਜਾ ਹੈ ਉਹ ਵੀ ਨਾਲ ਦੇਣੇ ਹਨ ਜੀ ਫਿਰ ਆਪਣੇ ਕੋਲ ਇਸ ਜਗ੍ਹਾ ਲਿਖਿਆ ਦੇਖੋ ਖੁੱਲਾ ਦਸਤਾਵੇਜ਼ ਪ੍ਰੈਜ਼ਾਈਡਿੰਗ ਅਫਸਰ ਦੀ ਡੈਰੀ ਅੰਕਿਤਾ 10 ਹੋਗੀ ਜਿਸ ਨੂੰ ਕਹਿੰਦੇ ਨੇ ਹਨ ਪ੍ਰੈਜ਼ਾਈਡਿੰਗ ਅਫਸਰ ਡੈਰੀ ਨੂੰ ਅੰਕਿਤਾ 10 ਕਿਹਾ ਜਾਂਦਾ ਹੈ ਇਹ ਖੁੱਲਾ ਦਸਤਾਬਦ ਦਿੰਨਾ ਹੈ ਜੀ ਚੈੱਕ ਸਲਿੱਪ ਹੋ ਗਈ ਸੀਲed ਲਿਫਾਫੇ ਵਿੱਚ ਸਰਪੰਚੀ ਦੀ ਚੋਣ ਲਈ ਗਿਣਤੀ ਕੀਤੀ ਤੇ ਵੈਲਟ ਪੇਪਰ ਰੱਦ ਕੀਤੇ ਵੈਲਟ ਪੇਪਰ ਖੁੱਲਾ ਲਿਫਾਫਾ ਆਪਣੇ ਕੋ ਪੰਚਾਂ ਦੀ ਚੋਣ ਲਈ ਗਿਣਤੀ ਕੀਤੀ ਤੇ ਵੈਲਟ ਪੇਪਰ ਤੇ ਰੱਦ ਵੈਲਟ ਪੇਪਰ ਵਾਰਡ ਵਾਈਜ਼ ਦੇਣੇ ਹਨ ਸੀਲed ਲਿਫਾਫਾ ਪ੍ਰੈਜ਼ਾਈਡਿੰਗ ਅਫਸਰ ਦੀ ਡੈਰੀ ਸੀਲed ਲਿਫਾਫਾ ਚੈੱਕ ਸਲਿੱਪ ਸੀਲed ਲਿਫਾਫਾ ਮਾਰਕ ਕੀਤੀ ਵੋਟਰ ਸੂਚੀ ਜੋ ਕਿ ਆਪਾ ਪਾ ਪੜੇ ਚੁੱਕੇ ਹਾਂ ਸਾਰਾ ਹੀ ਸੀਲed ਲਿਫਾਫਾ ਟੈਂਡਰ ਬੈਲਟ ਪੇਪਰ ਫਾਰਮ ਨੰਬਰ 7 ਸੀਲ ਲਿਫਾਫਾ ਸਰਪੰਚ ਦੀ ਚੋਣ ਲਈ ਵਰਤੇ ਬੈਲਟ ਪੇਪਰਾਂ ਦੀ ਕਾਊਂਟਰ ਫਾਈਲ ਸੀਲ ਲਿਫਾਫਾ ਪੰਚਾਂ ਦੀ ਚੋਣ ਲਈ ਵਰਤੇ ਬੈਲਟ ਪੇਪਰਾਂ ਦੀ ਕਾਊਂਟਰ ਫਾਈਲ ਸੀਲ ਲਿਫਾਫਾ ਸਰਪੰਚ ਦੀ ਚੋਣ ਲਈ ਨਾਮ ਵਰਤੇ ਬੈਲਟ ਪੇਪਰ ਸੀਲ ਲਿਫਾਫਾ ਪੰਚਾਂ ਦੀ ਚੋਣ ਲਈ ਨਾਮ ਵਰਤੇ ਬੈਲਟ ਪੇਪਰ ਤੇ ਇਸੇ ਤਰ੍ਹਾਂ ਆਪਣੇ ਕੋਲ ਜੋ ਉਹ ਸੀਲ ਲਿਫਾਫਾ ਦੇਣਾ ਹੈ ਰਜਿਸਟਰ ਆਫ ਵੋਟਰ ਜਿਸ ਦੇ ਵਿੱਚ ਜਦੋਂ ਤੁਹਾਨੂੰ ਵੋਟਰ ਵੋਟ ਪਾਉਣ ਆਉਂਦੇ ਹਨ ਤੁਸੀਂ ਉੱਤੇ ਸਾਈਨ ਕਰਾਉਂਦੇ ਹਨ ਜਿਸ ਨੂੰ ਰਜਿਸਟਰ ਆਫ ਵੋਟਰਸ ਕਿਹਾ ਜਾਂਦਾ ਹੈ ਉਹ ਵੀ ਸੀਲ ਲਿਫਾਫੇ ਵਿੱਚ ਦੇਣਾ ਹੈ ਸੀਲ ਲਿਫਾਫਾ ਵੋਟਰ ਪਰਚੀਆਂ ਜੋ ਕਿ ਪੋਲਿੰਗ ਅਫਸਰ ਦੋ ਵੱਲੋਂ ਲਿਫਾਫੇ ਵਿੱਚ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਵੋਟਰ ਸਲਿੱਪ ਹੋ ਗਈ ਹੈ ਆਪਣੇ ਕੋ ਜਿਸ ਤਰ੍ਹਾਂ ਵੋਟਰ ਸਲਿੱਪ ਜਾਰੀ ਕੀਤੀ ਜਾਂਦੀ ਹੈ ਤੇ ਅੱਗੇ ਜਾ ਕੇ ਉਹ ਜਮ੍ਹਾਂ ਕਰਾ ਕੇ ਫਿਰ ਵੋਟ ਪਾਉਂਦਾ ਹੈ ਫਿਰ ਬੰਦ ਲਿਫਾਫੇ ਵਿੱਚ ਚੈਲੰਜ ਵੋਟਾਂ ਦੀ ਸੂਚੀ ਬੰਦ ਲਫਾਫੇ ਵਿੱਚ ਅੰਨੇ ਅਤੇ ਦੁਰਲਭ ਵੋਟਾਂ ਦੀ ਸੂਚੀ ਬੰਦ ਲਫਾਫੇ ਵਿੱਚ ਖਰਾਬ ਹੋਏ ਬੈਲਟ ਪੇਪਰ ਸਰਪੰਚ ਅਤੇ ਪੰਜ ਦੋਵਾਂ ਦੇ ਇੱਕ ਲਫਾਫੇ ਵਿੱਚ ਬੰਦ ਲਫਾਫਾ ਕੈਂਸਲ ਹੋਏ ਬੈਲਟ ਪੇਪਰ ਸਰਪੰਚ ਅਤੇ ਪੰਜ ਦੋਨਾਂ ਦਾ ਇੱਕ ਲਫਾਫੇ ਵਿੱਚ ਬੰਦ ਲਫਾਫਾ ਪੋਲਿੰਗ ਏਜਟਾਂ ਦੇ ਜੋ ਨਿਯੁਕਤੀ ਪੱਤਰ ਹਨ ਤੇ ਇਹ ਕੁਝ ਹੋਰ ਸਮਾਨ ਹਨ ਜੋ ਕਿ ਤੁਹਾਨੂੰ ਮਿਲੇ ਹੁੰਦੇ ਹਨ ਜੋ ਕਿ ਤੁਸੀਂ ਲਾਸਟ ਵਿੱਚ ਜਮ੍ਹਾਂ ਕਰਾਉਣੇ ਹੁੰਦੇ ਹਨ ਜੀ ਹੋਪ ਹੈ ਕਿ ਸਾਥੀਓ ਤੁਹਾਨੂੰ ਜੋ ਸਾਰੀ ਜਾਣਕਾਰੀ ਦਿੱਤੀ ਹੈ ਉੱਚਿਤ ਤਰ੍ਹਾਂ ਸਮਝ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਉੱਚੀ ਲੱਗੀ ਹੈ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜੂ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੂ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੀ ਨੋਟੀਫਿਕੇਸ਼ਨ ਨੂੰ ਜੂ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ